ਸ਼ਾਬਾਸ਼ ਯਾ ਗੁਰੂ ਕਿਹਦਾ ਡਾਂਸ ਕੀਤਾ ਇਹਨੇ ਮੈਂ ਕਹਿੰਦਾ ਤੁਸੀਂ ਤੇ ਕਮਾਲ ਕਰਤੀ ਏ ਇਹੋ ਜਿਹੇ ਡਾਂਸ ਕਰਕੇ ਮਾਲਕਾਂ ਨੂੰ ਦਿਖਾਣਾ ਕਿਉਂਕਿ ਚੌਧਰੀ ਸਾਹਿਬ ਦੇ ਪੁੱਤਰ ਦੀ ਸ਼ਾਦੀ ਏ ਮੈਂ ਕਹਿੰਨਾ ਕਹਿੰਨੀ ਆ ਕਿ ਤੂੰ ਫੰਕਸ਼ਨ ਫੜ ਹਾਂ ਤੇ ਮੈਂ ਟੋਏ ਪਾ ਜਾਂ ਨੱਚ ਨੱਚ ਵੈਰੀ ਗੁੱਡ ਹੋਵੇ ਕਿਉਂ ਨਾ ਸਾਰੀ ਰਾਤ ਅੱਗੇ ਨੇ ਮਿਹਨਤ ਕੀਤੀ ਏ ਰੈਸਲ ਕਰਾਈ ਤੇ ਵੀ ਸ਼ਾਬਾਸ਼ ਏ ਮੈਂ ਰੈਸਲ ਲੇਕਿਨ ਤੂੰ ਕਿੱਥੇ ਕਿੱਥੇ ਨੱਚੀ ਏ ਮੈਂ ਗੁਜਰਾਂ ਦੇ ਘਰ ਫੰਕਸ਼ਨ ਕੀਤਾ ਅੱਛਾ ਪੂਰੀ ਰਾਤ ਮੈਂ ਟਿਕਾ ਕੇ ਨੱਚੀ ਆ ਅੱਛਾ ਸਵੇਰ ਦਾ ਗੁਜਰ ਬਾਦਸ਼ਾਹ ਮੈਨੂੰ ਕੁਝ ਲਾ ਹਾਂ ਉਹਨੇ ਮੇਰੇ ਮਗਰ ਸੰਡਾ ਲਾਇਆ ਅੱਛਾ ਓਏ ਝੂਠ ਬੋਲਣਾ ਤੂੰ ਸੰਡਾ ਨਹੀਂ ਉਹ ਕੱਟਾ ਸੀ ਉਸ ਤੋਂ ਬਾਅਦ ਸ਼ੇਖਾਂ ਨੂੰ ਲੈ ਕੇ ਫੰਕਸ਼ਨ ਕੀਤਾ ਅੱਛਾ ਪੂਰੀ ਰਾਤ ਮੈਂ ਟਿਕਾ ਟਿਕਾ ਕੇ ਨੱਚੀ ਹਾਂ ਸਵੇਰ ਦਾ ਸ਼ੇਖ ਬਾਦਸ਼ਾਹ ਨੂੰ ਖੁਸ਼ ਕਰ ਅੱਛਾ ਤੇ ਸ਼ੇਖ ਕੱਛਾ ਪਾ ਕੇ ਆਪ ਨੱਚਣਾ ਸ਼ੁਰੂ ਹੋ ਗਿਆ ਮੇਰੇ ਸਾਹਮਣੇ ਤੇ ਤੂੰ ਕਿੱਥੇ ਕਿੱਥੇ ਨੱਚੀ ਮੈਂ ਵੀ ਭਾਈ ਤੇਰਾ ਫਿਰ ਨੱਚੀ ਕਿੱਥੇ ਨੱਚੀ ਇਹ ਨਾ ਨਾ ਇਹ ਨੱਚਣ ਵਾਲੀ ਕਿਉਂ ਸਮਝਿਆ ਰਾਈਆਂ ਦੇ ਘਰ ਫੰਕਸ਼ਨ ਕਰਨ ਗਈ ਅੱਛਾ ਰਾਈਆਂ ਦੇ ਘਰ ਪੂਰੀ ਰਾਤ ਮੈਂ ਟਿਕਾ ਟਿਕਾ ਕੇ ਨੱਚੀ ਹਾਂ ਸਵੇਰ ਮੈਂ ਕਿਹਾ ਰਾਈ ਬਾਦਸ਼ਾਹ ਨੂੰ ਕੁਝ ਲਾ ਹਾਂ ਉਹਨੇ ਭੁੱਖਾ ਲੱਗ ਨਾ ਲਾ ਕਰ ਇਹਨੂੰ ਪੁੱਛ ਹੁੰਦਾ ਮੈਂ ਤਾਂ ਨੱਚ ਨੱਚ ਕੇ ਹਾਂ ਕੀ ਹੈ ਮੈਂ ਤਾਂ ਲੱਗ ਤੂੰ ਚੱਲ ਰਵਾਂ ਮੈਂ ਤੇਰੇ ਨਾਲ ਮੇ ਅਗੇ ਤੋਂ ਤਾਨੂੰ ਦਾਰ ਅਗੇ ਤੋਂ ਇਹਨਾਂ ਨੂੰ ਕਰੰਟ ਪੈ ਗਿਆ ਜੀ ਇਹ ਸ਼ਰਮ ਕਰਦੇ ਤਾਜ਼ੇ ਇਹ ਕੌਣ ਨੇ ਤਾਜ਼ੇ ਫਰੈਸ਼ ਖੁਸਰੇ ਹੈ ਹਾਂਜੀ ਕੋਈ ਖੁਸਰੇ ਨੇ ਕਿ ਕਿਸੇ ਨੇ ਸਦਕਾ ਦਿੱਤਾ ਹੈ ਦੇਖੋ ਚੌਧਰੀ ਸਾਹਿਬ ਦੇ ਪੁੱਤਰ ਦੀ ਸ਼ਾਦੀ ਏ ਕਾਫੀ ਪਿੰਡ ਇਕੱਠੇ ਹੋਣੇ ਨੇ ਹਾਂਜੀ ਭਾਜ ਮੈਂ ਤੇ ਆ ਕੀ ਲੈਂਦਾ ਤੁਸੀਂ ਮੈਂ ਕਿਹਾ ਸਾਡੀ ਪਸਗਾਲੀਓ ਦੇ ਤੂੰ ਮੈਂ 70 ਵੇਚ ਕੇ ਖੁਸਰੇ ਲੈ ਇਹਨੇ ਕਹਿੰਦੇ ਕੀ ਲੈਂਦਾ ਤੁਸੀਂ ਸ਼ਾਬਾਸ਼ ਵੀ ਲੈਣੇ ਤਾਂ ਝੂਠੇ ਹੀ ਨੇ ਭਾਵੇਂ ਇੱਥੇ ਬਹਿ ਜਾ ਉਹ ਤੁਸੀਂ ਇਹਨਾਂ ਦੀ ਕੁਆਲਿਟੀਆਂ ਤੇ ਦੇਖੋ ਪਹਿਲੇ ਸਰ ਇਹਨਾਂ ਦੀ ਕੋਈ ਕੁਆਲਿਟੀ ਇਹ ਪਰਲੀ ਦਾ ਦੁਬਈ ਦਾ ਵੀਜ਼ਾ ਰੋਕਿਆ ਅੱਛਾ ਇਹ ਉਰਲੀ ਦਾ ਅਬੂ ਜ਼ਬੀ ਦਾ ਰੋਕਿਆ ਅੱਛਾ ਤੇ ਇਹਦਾ ਯੂਨਾਨ ਦਾ ਰੋਕਿਆ ਤੇ ਇਹਦਾ ਨਾਮ ਉਹ ਪਰਲੀ ਦਾ ਨਾਮ ਜ਼ਰੀ ਇਹਦਾ ਇਹਦਾ ਨਾਮ ਫਰੀ ਅੱਛਾ ਰੁਪਈਆ 100-100 ਦਿਓ ਤੇ ਲੈ ਜਾਓ ਮਰੀ ਉਹ ਕੀ ਕਹਿ ਰਹੇ ਮਰੀ ਕਿਸ ਹੋਟਲ 'ਚ ਭਲਾ ਭਲਾ ਕਿਸ ਹੋਟਲ 'ਚ ਉਹ ਜਿੱਥੇ ਤੇਰੀ ਮਾਂ ਨਹੀਂ ਸੀ ਵੜੀ ਤੇ ਇਹ ਖੁਸਰੇ ਨੇ ਹਾਂਜੀ ਸਪੈਸ਼ਲ ਖੁਸਰੇ ਜਨਾਬ ਤੁਸੀਂ ਇੰਜ ਕਰੋ ਪਸੰਦ ਆ ਗਏ ਰੱਖੋ ਜੀ ਪੈਸੇ ਤੁਸੀਂ ਹਾਂ 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 ਇਹ ਤੁਸੀਂ ਰੱਖੋ 18 ਤਰੀਕ ਨੂੰ ਸ਼ਾਦੀ ਏ ਅੱਛਾ ਇਹ ਫੰਕਸ਼ਨ ਤੇ ਪੈਸੇ ਦਿੱਤੇ ਜੇ ਹਾਂਜੀ 18 ਨੂੰ ਸ਼ਾਦੀ ਏ ਅੱਛਾ ਇਹ 18 ਨੂੰ ਇਸ ਪਿੰਡ 'ਚ ਨਜ਼ਰ ਨਾ ਆਉਣ ਇਹ ਚਾਹੀਦੇ ਨਹੀਂ ਸਰ ਤੁਸੀਂ ਸਾਡੇ ਕੋਲ ਪੈਸੇ ਲਵੋ ਕੋਈ ਸ਼ਹਿਰੋਂ ਵਧੀਆ ਖੁਸਰੇ ਲਿਆਓ ਇਹ ਕੌਣ ਮੈਂ ਤਾਂ ਬਈ ਦੇ ਦਿਨ ਡਾਂਸ ਕੀਤਾ ਹੈ ਗਾਲਾਂ ਕੱਢ ਰਿਹਾ ਇਹਨੂੰ ਸਮਝਾਓ ਕਹ ਰਿਹਾ ਮੈਂ ਬੜੀ ਡੇਟ ਡਾਂਸ ਕੀਤਾ ਹੈ ਹਾਂਜੀ ਮੈਂ ਤੇ ਮੈਂ ਇਹ ਕੌਣ ਨੇ ਇਹ ਸਪੈਸ਼ਲ ਖੁਸਰੀ ਹੈ ਕਿੱਥੇ ਕੀਤਾ ਡਾਂਸ ਮੈਂ ਛੇਤ ਪੂਰੇ ਕੀਤਾ ਹੈ ਛੇਤ ਪੂਰੇ ਇਹ ਕਿਹੜਾ ਮੁਲਕ ਹੈ ਇਹ ਸ਼ੇਖੂਪੁਰੇ ਅੱਛਾ ਨਾਲ ਦਈ ਹਾਂਜੀ ਇਹਨੇ ਉੱਥੇ ਕੀਤਾ ਇਹਨੇ ਬੜਾ ਡਾਂਸ ਕੀਤਾ ਉੱਥੇ ਉਹਨਾਂ ਨੇ ਵੀ ਕੀਤਾ ਉਹਨਾਂ ਨੇ ਮੈਂ ਹੀ ਕੀਤਾ ਅੱਛਾ ਤੂੰ ਹੀ ਕੀਤਾ ਇਹਨਾਂ ਨੂੰ ਖੁਸ਼ ਕਰਨਾ ਤੁਹਾਨੂੰ ਪਤਾ ਨਹੀਂ ਬੜਾ ਅਜ਼ੀਮ ਇਨਸਾਨ ਹੈ ਤੂੰ ਬਤਾਓ ਹਾਂਜੀ ਇਹਦੇ ਪਿਓ ਨੇ ਮਰਨ ਤੋਂ ਪਹਿਲੇ ਕਿਹਾ ਪੁੱਤਰ ਮਰਨ ਤੋਂ ਬਾਅਦ ਮੇਰੀ ਕੱਢ ਨਾ ਲੱਗੇ ਇਹ ਬਾਤ ਹੈ ਇਹਨੇ ਆਪਣੇ ਪਿਓ ਨੂੰ ਪੁੱਠਾ ਦਫਨਾਤਾ ਯਾਰ ਤੂੰ ਖੁਸਰੇ ਸ਼ਹਿਰ ਜਾ ਐਡਵਾਂਸ ਦਿਓ ਮੈਨੂੰ ਸਰ ਤੁਸੀਂ ਐਡਵਾਂਸ ਲੈ ਲਓ ਤੁਸੀਂ ਸ਼ਹਿਰ ਜਾ ਕੇ ਖੁਸਰੇ ਲਿਆਓ ਆਵਾਜ਼ ਵਾ ਇਹਨਾਂ ਤੇ ਬਹਿ ਕੇ ਜਾਣਾ ਤੇ ਇਹਨਾਂ ਨੂੰ ਉੱਤੇ ਛੱਡ ਆਉਣਾ ਮੈਂ ਵੀ ਡੈਨਿੰਗ ਪੈਨਾਂ ਦਾ ਬਹਿ ਕੇ ਜਾ ਇਹਨਾਂ ਦੋਵਾਂ ਤੇ ਅੱਜ ਤੇ ਮੇਰੇ ਕੋਲ ਪੈਸੇ ਆ ਗਏ ਨੇ ਅੱਜ ਤੇ ਆਟਾ ਲਵਾਂਗੇ ਕੀ ਬਾਤ ਹੈ ਕਿਉਂਕਿ ਸਾਡੇ ਘਰ ਦੇ ਭਲਵਾਨ ਦੀ ਰੋਟੀ ਦਾ ਟੁਕੜਾ ਨਹੀਂ ਅੱਲਾ ਦੇਗਾ ਭਾਈ ਜ਼ਰਾ ਜਿਹਾ ਪੋਰਾ ਨਹੀਂ ਰੋਟੀ ਦਾ ਇੱਕ ਪੋਰੇ ਤੇ ਗੀਤ ਸਾਨੂੰ ਸੁਣਾ ਦਿਓ ਜੈ ਟੇ ਕਾਰੀਗਰ ਹਾਂਜੀ ਤੇ ਹੁਣ ਤੇ ਕਹਿਣ ਤੇ ਦਿਲ ਕਰਦਾ ਰੋਟੀ ਦੇ ਪੋਰੇ ਸਾਨੂੰ ਚੰਗੇ ਲੱਗਦੇ ਯਾਰੋ ਰੋਟੀ ਦੇ
ਪਾਣੀ ਤੋਬਾ ਤੋਬਾ ਇਹਨਾਂ ਕਣਕ ਪਕਾ ਕੇ ਤੋਬਾ ਤੋਬਾ ਹੋ ਸਾਰੀ ਬਾਹਰ ਪਿੱਜੂ ਵਾਣੀ ਤੋਬਾ ਤੋਬਾ ਫੇਰ ਕਹਿੰਦੇ ਸਾਨੂੰ ਛਿੱਤਰਬਾਜੀ ਦੇ ਯਾਰੋ ਰੋਟੀ ਦੇ ਭੋਰੇ ਸਾਨੂੰ ਚੰਗੇ ਲੱਗਦੇ ਰੋਟੀ ਦੇ ਭੋਰੇ ਸਾਨੂੰ ਚੰਗੇ ਲੱਗਦੇ ਯਾਰੋ ਰੋਟੀ ਦੇ ਭੋਰੇ ਸਾਨੂੰ ਚੰਗੇ ਲੱਗਦੇ ਸੂਬਾ ਲਾਈ ਕੋਲ ਜਾਂਦੇ ਸ਼ਾਬਾ ਸ਼ਾਬਾ ਉੱਥੋਂ ਸ਼ੇਪ ਕਰਾਂਦੇ ਸ਼ਾਬਾ ਸ਼ਾਬਾ ਫਿਰ ਕੱਪੜੇ ਪਾ ਕੇ ਸ਼ਾਬਾ ਸ਼ਾਬਾ ਉੱਤੋਂ ਲਿਪਸਟਿਕ ਲਾਂਦੇ ਸ਼ਾਬਾ ਸ਼ਾਬਾ ਮੂੰਹ ਜਦੋਂ ਤੋਂਦੇ ਤੇ ਮਕੈਨਿਕ ਲੱਗਦੇ ਯਾਰੋ ਰੋਟੀ ਦੇ ਭੋਰੇ ਸਾਨੂੰ ਚੌਧਰੀ ਸਾਹਿਬ ਦੇ ਪੁੱਤਰ ਦੀ ਸ਼ਾਦੀ ਪਤਾ ਨੀ ਕੌਣ ਲੈ ਕੀ ਲੈ ਵਧੀਆ ਖੁਸਰੇ ਹੋਣੇ ਚਾਹੀਦੇ ਨੇ ਖਾਦ ਖੂਦ ਨੀ ਪਾਉਂਦੇ ਨਸ਼ਾ ਖਾ ਕੇ ਸੌ ਗਏ ਬਹੁਤ ਬੁਰੀ ਗੱਲ ਹੈ ਚਾਚਾ ਉਹਨਾਂ ਦਾ ਖਿਆਲ ਰੱਖਿਆ ਕਰ ਉਹਦੇ ਪੰਜ ਮੁਰੱਬੇ ਜਿਹੜੇ ਹੈ ਬੇਕਾਰ ਹੋ ਗਏ ਆ ਤੇ ਜਿਹੜੇ ਚੌਧਰੀ ਸਾਹਿਬ ਨੇ ਤੁਹਾਡੇ ਨਾਲ ਆਏ ਨੇ ਜਿਹੜੇ ਮੈਂ ਪੁਚਾਈ ਤੇ ਬਾਹਾਂ ਹਨ ਉਹਨਾਂ ਦੇ ਵਿੱਚ ਬੜੀ ਫਸਲ ਹੋ ਰਹੀ ਆ ਅੱਛਾ ਜੀ ਲੇਕਿਨ ਰੂੜੀ ਚਾਹੀਦੀ ਉਹਨਾਂ ਨੂੰ ਵੀ ਤੇ ਤੁਸੀਂ ਦਿਓ ਤੁਹਾਡੀ ਡਿਊਟੀ ਚਾਚਾ ਹਾਂਜੀ ਗੋਬਰ ਨਹੀਂ ਮਿਲ ਰਿਹਾ ਅੱਛਾ ਮਤਲਬ ਮੈਨੂੰ ਪਿੰਡ 'ਚ ਰੱਖਣ ਨਾਲ ਛੱਡ ਗਏ ਤੇ ਮੈਂ ਕਿਹਾ ਅਸੀਂ ਜ਼ਮੀਨ ਨਾਲ ਬੜਾ ਪਿਆਰ ਕਰਦੇ ਆ ਪਿਆਰ ਕਰਨਾ ਚਾਹੀਦਾ ਹੈ ਜ਼ਮੀਨ ਸਾਡੀ ਮਾਵਾ ਮਜਾ ਏ ਜ਼ਮੀਨ ਸਾਡੀ ਮਾਂ ਏ ਹਾਂ ਸਾਰਿਆਂ ਨੂੰ ਉਠਾ ਤੇਰੀ ਮਾਂ ਤੇ ਬੈਠੇ ਨੇ ਚੌਂਕੀਦਾਰ ਤੂੰ ਸਮਝਣੇ ਦੀ ਗੱਲ ਨਹੀਂ ਸਮਝ ਬਾਹਰ ਇੱਕ ਬੰਦਾ ਖੋਖੇ ਤੇ ਚਾਹ ਪੀ ਰਿਹਾ ਸਰਕਸ ਵਾਲਿਆਂ ਦਾ ਉਹਨਾਂ ਨੂੰ ਫੜ ਲੈ ਕਿਉਂ ਉਹ ਤੇਰੀ ਮਾਂ 'ਚ ਕੱਲ ਕਿੰਨਾ ਠੋਕ ਰਿਹਾ ਸੀ ਜ਼ਮੀਨ ਨਾਲ ਅਸੀਂ ਮਾਂ ਨਾਲੋਂ ਵੀ ਜ਼ਿਆਦਾ ਪਿਆਰ ਕਰਦੇ ਆ ਤੇ ਚਾਚਾ ਪਹਾੜ ਕੀ ਹੁੰਦੇ ਨੇ ਪਹਾੜ ਯਾਨੀ ਕਿ ਜ਼ਮੀਨ ਦੇ ਪੁੱਤਰ ਤੇ ਨਹਿਰਾਂ ਨਹਿਰਾਂ ਉਹਦੀਆਂ ਧੀਆਂ ਤੇ ਸਮੁੰਦਰ ਸਮੁੰਦਰ ਤੇਰੀ ਮਾਂ ਦੇ ਖਸਮ ਹੁੰਦੇ ਆ ਚਾਚਾ ਤੇਰੇ ਕੋਈ ਹਾਲ ਨਹੀਂ ਵੀ ਚੌਧਰੀ ਸਾਹਿਬ ਦੇ ਪੁੱਤਰ ਦੀ ਸ਼ਾਦੀ ਏ ਚਲੋ ਕੋਈ ਨੀ ਇਨਸ਼ਾਅੱਲਾ ਉਹ ਸੁਣਾ ਚੌਕੀਦਾਰ ਸਭ ਠੀਕ ਹੈ ਨਾ ਠੀਕ ਚੌਧਰੀ ਸਾਹਿਬ ਸੱਤਾਂ ਪਿੰਡਾਂ ਚਿਕਰ ਸਾਡੀ ਦਹਿਸ਼ਤ ਏ ਪੂਰਾ ਪਿੰਡ ਚ ਜਾਂਦਾ ਕਿ ਨੰਬਰਦਾਰ ਦੀ ਰੈਲੀ ਚੱਲ ਚਿਕਰ ਕੋਈ ਇਨਸਾਫ ਤਾਂ ਬਗੈਰ ਨਹੀਂ ਗਿਆ ਜੀ ਚੌਧਰੀ ਸਾਹਿਬ ਸੁਣਾ ਕੀ ਰਿਪੋਰਟਾਂ ਨੇ ਚੌਧਰੀ ਸਾਹਿਬ ਬਿਲਕੁਲ ਠੀਕ ਹੈ ਬਸ ਦੋ ਟੈਨਸ਼ਨਾਂ ਨੇ ਚੌਧਰੀ ਸਾਹਿਬ ਉਹ ਕਿਹੜੀਆਂ ਦੋ ਟੈਨਸ਼ਨਾਂ ਆ ਗਈਆਂ ਚੌਧਰੀ ਸਾਹਿਬ ਇੱਕ ਖੁਸ਼ੀ ਦੀ ਖਬਰ ਹੈ ਤੇ ਇੱਕ ਟੈਨਸ਼ਨ ਵਾਲੀ ਉਹ ਖੁਸ਼ੀ ਦੀ ਖਬਰ ਸੁਣਾ ਗਮੀ ਦੀ ਖਬਰ ਦਾ ਵਾਟਾਂ ਵਾਲੇ ਦਿਲ ਜਾਂਦੇ ਖੋਤੀ ਦੇ ਬੱਚੇ ਬੇੜਾ ਤਾਂ ਤੇ ਇਹਨੇ ਨੇ ਬਿੱਲ ਭੇਜ ਦਿੱਤੇ ਨੇ ਇਹਨਾਂ ਨੇ ਉਹ ਚੌਧਰੀ ਸਾਹਿਬ ਲੋਡ ਸ਼ੈਡਿੰਗ ਦੀ ਵਜ੍ਹਾ ਤੋਂ ਤੇ ਆਬਾਦੀ ਵੱਧਦੀ ਜਾਂਦੀ ਹੈ ਲੋਡ ਸ਼ੈਡਿੰਗ ਦਾ ਬਾਰੇ ਵੀ ਕਿਤੇ ਲੱਗੇ ਚੌਧਰੀ ਸਾਹਿਬ ਰਾਤ ਨੂੰ 2:30 ਵਜੇ ਬੱਤੀ ਜਾਂਦੀ ਹੈ ਹਾਂ ਬੰਦਾ ਕਹਿੰਦਾ ਹੁਣ ਉੱਠ ਤੇ ਪੈਣੀ ਹੈ ਚੌਧਰੀ ਸਾਹਿਬ
ਖੁਸ਼ੀ ਵਾਲੀ ਖਬਰ ਇਹ ਹੈ ਕਿ ਸਾਧਕ ਆਪਣੇ ਖੁਸਰੇ ਲੈ ਕੇ ਆਇਆ ਸੀ। ਅੱਛਾ, ਉਹ ਬਹੁਤ ਮਾੜੇ ਸਨ। ਮੈਂ ਕਿਹਾ ਚੌਧਰੀ ਸਾਹਿਬ ਦੇ ਪੁੱਤਰ ਦੀ ਸ਼ਾਦੀ ਏ, ਸ਼ਹਿਰੋਂ ਖੁਸਰੇ ਲੈ ਕੇ ਆ। ਉਸ ਤੋਂ ਵੀ ਵੱਡੀ ਖੁਸ਼ੀ ਦੀ ਖਬਰ ਤੈਨੂੰ ਅਸੀਂ ਦਿੰਦੇ ਆ। ਹਾਂ ਜੀ ਚਾਚਾ। ਓਏ ਸੱਤਾ ਪਿੰਡਾਂ ਤੱਕ ਪਤਾ ਲੱਗਣਾ ਚਾਹੀਦਾ ਕਿ ਨੰਬਰਦਾਰ ਅਕਬਰ ਦੇ ਪੁੱਤਰ ਦਾ ਵਿਆਹ ਏ। ਹਾਂ, ਇੱਕੋ ਇੱਕ ਸਾਡਾ ਪੁੱਤਰ ਏ, ਪੂਰੀ ਹਵੇਲੀ ਸਜਾਉਣੀ ਏ। ਜੀ ਚਾਚਾ। ਤੂੰ ਪੂਰੇ ਪਿੰਡ ਨੂੰ ਰੋਟੀ ਖਵਾਉਣੀ ਏ। ਜੀ ਚਾਚਾ। ਨੱਚਣ ਵਾਲੇ ਖੁਸਰੇ ਵੀ ਬੁਲਾਉਣੇ ਨੇ। ਜੀ। ਕੁਆਲੀ ਬੰਦਾਲੇ ਬੁਲਾਉਣੇ ਨੇ, ਢੋਲਕੀ ਵਾਲੇ ਬੁਲਾਉਣੇ ਨੇ। ਜੀ। ਤੇ ਔਰਤਾਂ ਘਰੋਂ ਲੈ ਕੇ ਆਉਣੀਆਂ ਤੂੰ। ਖਾਣਾ ਪਕਾਉਣ ਵਾਲੀਆਂ, ਰੋਟੀ ਵਟਾਉਣ ਵਾਲੀਆਂ। ਹਾਂ ਚੌਧਰੀ ਸਾਹਿਬ, ਨਾਲੇ ਉਹ ਚਾਚਾ ਫੀਰੂ ਆਇਆ ਸੀ, ਕਹਿੰਦਾ 5 ਮਰਬੇ ਜ਼ਮੀਨ ਤੁਹਾਡੀ ਖਰਾਬ ਹੋਈ ਜਾ ਰਹੀ ਹੈ। ਓਏ 10 ਮਰਬੇ ਦਾ ਮੈਂ ਵਪਾਰਸ ਹੈਗਾ ਤੇ 5 ਮਰਬੇ ਖਰਾਬ ਕਿਵੇਂ ਹੋ ਗਏ? ਉਹ ਪਤਾ ਨਹੀਂ ਕਾਮਿਆਂ ਨੂੰ ਕੀ ਕੀਤਾ, ਉਹਨਾਂ ਨੇ ਖਾਦ ਨਹੀਂ ਪਾਈ ਜਾਂ ਚੌਧਰੀ ਸਾਹਿਬ ਕੀ ਪਾਣੀ ਨਹੀਂ ਲਾਇਆ। ਗਲਤ ਤੇਨ ਸਹੀ ਹੈ, ਉਹ ਪਿੰਡ ਇਹ ਰੌਲਾ ਰਹਿੰਦਾ। ਜਾਂ ਸ਼ਹਿਰ ਮੈਨੇਜਰ ਨੂੰ ਫੋਨ ਕਰ, ਉਹਨਾਂ ਜ਼ਮੀਨ ਚੈੱਕ ਕਰਨ ਵਾਲੇ ਨੂੰ 5 ਚੈੱਕ ਕਰਨ ਵਾਲੇ ਭੇਜ, ਆਪਣੀ ਜ਼ਮੀਨ ਚੈੱਕ ਕਰੀਏ, ਸਾਡੀ ਜ਼ਮੀਨ ਬੰਜਰ ਨਾ ਹੋ ਜਾਵੇ। ਜੀ ਚੌਧਰੀ ਸਾਹਿਬ। ਤੋ ਜਿੱਥੇ ਵਿਆਹ ਰੱਖਿਆ, ਜਿਹੜਾ ਫੰਕਸ਼ਨ ਰੱਖਿਆ, ਉਹ ਕਿੱਥੇ ਮੇਰਾ ਸਾਲਾ ਜੀ ਨੇ ਮੈਨੂੰ ਭੈਣ ਦਿੱਤੀ? ਤੇ ਉਹ ਤੁਹਾਡਾ ਹੀ ਸਾਲਾ? ਮੈਨੂੰ ਤਾਂ ਲੱਗਦਾ ਪੂਰੇ ਪਿੰਡ ਦਾ ਸਾਲਾ ਜੀ, ਪਤਾ ਨਹੀਂ ਕਿੱਥੇ ਫੇਰ। ਉਹ ਰਿਸ਼ਤੇਦਾਰ ਸਾਡਾ ਭਰਾ ਏ, ਓਏ ਉਹਨੂੰ ਵੀ ਤਾਂ ਖੁਸ਼ਖਬਰੀ ਜਾ ਕੇ ਸੁਣਾ। ਉਹ ਸਿਕੰਦਰਾ ਤੈਨੂੰ ਮੁਬਾਰਕ ਹੋਵੇ, ਹਵੇਲੀ ਚ ਰੌਣਕਾਂ ਲੱਗ ਗਈਆਂ। ਹੈ ਮੁਬਾਰਕ ਚੌਧਰੀ ਜੀ, ਹੈ ਮੁਬਾਰਕ। ਆ ਜੀ ਆ ਸਿਕੰਦਰਾ, ਕੀ ਹਾਲ ਆ? ਉਹ ਸੀਨੇ ਨਾਲ ਲੱਗ ਸਿਕੰਦਰਿਆ। ਆ ਤੈਨੂੰ ਸੀਨੇ ਨਾਲ ਲੱਗਦੇ ਤਾਂ ਬੜਾ ਮਜ਼ਾ ਆਉਂਦਾ। ਅੱਛਾ, ਕਿਉਂਕਿ ਤੇਰੇ ਚੋਂ ਤੇਰੀ ਭੈਣ ਦੀ ਖੁਸ਼ਬੂ ਆਉਂਦੀ ਹੈ। ਆ ਮੈਨੂੰ ਜਦੋਂ ਤੂੰ ਜੱਫੀ ਪਾਣਾ ਨਾ ਲਾਲਾ, ਮੈਨੂੰ ਇੰਜ ਹੀ ਲੱਗਦਾ ਮੈਂ ਸਦੋ ਖੁਸਰੇ ਨਾਲ ਜੱਫੀ ਪਾ ਲਈ ਹੈ। ਯਾਦ ਹੈ ਜਦੋਂ ਅਸੀਂ ਬਚਪਨ ਦੇ ਵਿੱਚ ਹੁਣਦੇ ਸੀ, ਸਾਲਾ ਪੜ੍ਹਵਈਆ ਨਾ, ਬਚਪਨ ਇਕੱਠੇ ਗੁਜ਼ਾਰਿਆ ਪਿੰਡ ਦੇ ਵਿੱਚ। ਜਦੋਂ ਮੇਲੇ ਤੇ ਜਾਣਾ, ਮੌਤ ਤੇ ਖੂਹ ਤੇ ਜਾਣਾ, ਹਾਏ ਤੈਨੂੰ ਮੈਂ ਮੌਤ ਯਾਦ ਕਰਾ ਦੇਣੀ ਆ। ਮੈਨੂੰ ਤੂੰ ਕੋਈ ਹੋਰ ਗੱਲ ਯਾਦ ਕਰਾ। ਯਾਦ ਕਰ ਚੱਲਿਆ ਜਦੋਂ ਮੇਲੇ ਤੇ ਮਜ਼ੇ ਲੈਂਦੇ ਹੁੰਦੇ। ਤੂੰ ਮੈਨੂੰ ਕਹਿਣਾ ਮੈਂ ਮੋਟਰਸਾਈਕਲ ਦੇਖਣਾ, ਮੈਂ ਤੈਨੂੰ ਮੋਟਰਸਾਈਕਲ ਦਾ ਹੈਂਡਲ ਫੜਾ ਦੇਣਾ। ਆਏ ਤੈਨੂੰ ਕਹਿਣਾ ਰੱਜ ਕੇ ਰੇਸ ਦੇ। ਇਹ ਤੇਰੀਆਂ ਆਦਤਾਂ ਗਈਆਂ ਨਹੀਂ, ਤੂੰ ਮੋਟਰਸਾਈਕਲ ਦੇ ਅੱਗੇ ਬਹਿ ਕੇ ਸਫ਼ਰ ਕਰਦਾ ਸੀ। ਆ ਯਾਰ ਬਾ ਮਜ਼ੇ ਬਚਪਨ ਜਿਹੇ ਸੀ। ਗੱਲਾਂ ਦੋ ਨੇ ਆਪਣਾ ਸਿਕੰਦਰ, ਮੈਂ ਇੱਕ ਸੁਣਨੀ ਆ। ਇੱਕ ਕਮੀ ਦੀ ਖਬਰ ਹੈ ਤੇ ਖੁਸ਼ੀ ਦੀ ਖਬਰ ਹੈ। ਖੁਸ਼ੀ ਦੀ ਸਲਾਹ ਕੀ ਆ? ਖੁਸ਼ੀ ਦੀ ਖਬਰ ਹੈ ਸਿਕੰਦਰਿਆ ਕਿ ਮੈਂ ਆਪਣੇ ਪੁੱਤਰ ਜਵੇਦ ਦਾ ਵਿਆਹ ਕਰ ਰਿਹਾ। ਹੈ ਤੇ ਇਹ ਤਾਂ ਤੂੰ ਮੇਰੇ ਦਿਲ ਦੀ ਗੱਲ ਕੱਢ ਲਈ ਆ, ਕਿਉਂਕਿ ਮੈਂ ਆਪ ਚਾਹੁੰਦਾ ਸੀ ਤੇਰੇ ਨਾਲ ਗੱਲ ਕਰਾਂ ਕਿ ਵੀ ਕੁੜੀ ਵੀ ਘਰ ਦੇ ਵਿੱਚ ਤੇ ਵਿਆਹ ਕਰ ਦਈਏ। ਉਹ ਕੁੜੀ ਵੀ ਘਰ ਦੇ ਵਿੱਚ ਆ, ਮੁੰਡਾ ਵੀ ਘਰ ਦੇ ਵਿੱਚ ਆ। ਇਹ ਜਿਹਾ ਮੈਂ ਤੈਨੂੰ ਕਹਿਣਾ, ਤੇਰੀ ਡਿਊਟੀ ਹੈ, ਤੂੰ ਵੀ ਮੁੰਡੇ ਦਾ ਪਿਓ ਹੀ ਲੱਗਦਾ ਸਮਝਣਾ। ਸੱਤਾ ਪਿੰਡਾਂ ਤੱਕ ਪਤਾ ਲੱਗਣਾ ਚਾਹੀਦਾ ਵੀ ਅਕਬਰ ਦੇ ਮੁੰਡੇ ਦਾ ਵਿਆਹ ਏ। ਉਹ ਫਿਕਰ ਨਾ ਕਰ, ਚਾਹੀਦੀ ਲਾਈਟਾਂ ਲੱਗਣੀਆਂ ਚਾਹੀਦੀਆਂ। ਫਿਕਰ ਹੀ ਨਾ ਕਰ, ਮੈਂ ਮਾਮਾ ਵਾਂ ਮੁੰਡੇ ਦਾ। ਹਾਂ, ਤੇ ਜੇ ਮੈਂ ਹੀ ਨਹੀਂ ਕਰਨਾ ਵਿਆਹ ਤੇ ਹੋਰ ਕਿਹਨੇ ਚੰਗਾ ਕਰਨਾ? ਪੂਰੇ ਪਿੰਡ ਦੀ ਰੋਟੀ ਕਰਨੀ ਆ ਤੇ ਨਾਲੇ ਉਹ ਸ਼ਹਿਰ ਦੇ ਜਿਹੜੇ ਕੁੜੀਆਂ ਮੁੰਡੇ ਤਿਆਰ ਕਰਦੇ ਉੱਥੋਂ ਬੁਲਾ ਕੇ ਮੇਰੀ ਨੂੰਹ ਵੀ ਤਿਆਰ ਕਰੋ। ਉਹ ਬਿਊਟੀ ਪਾਰਲਰ ਵਾਲੇ? ਹਾਂ। ਅੱਛਾ ਅੱਛਾ ਅੱਛਾ, ਉਹਨੂੰ ਮੈਂ ਵੈਸੇ ਵੀ ਬੁਲਾਇਆ। ਮੈਂ ਕਹਿੰਦਾ ਵੀ ਪੂਰੇ ਕੀ ਹੋਇਆ ਜੀ, ਕੀ ਹੋ ਗਿਆ? ਕੀ ਹੋਇਆ? ਕੌਣ ਕੌਣ ਕਿੰਨੇ ਹੁਣਾ? ਬਾਹਰ ਬਾਹਰ ਨਿਕਲੋ, ਤੁਹਾਡੀ ਕੌਣ ਆ? ਕੁੜੀ ਆਈ ਹੈ। ਮੈਂ ਦੇਖੋ ਨਾ, ਅੰਦਰ ਦਾ ਗੰਦ ਨੀ ਮੁੱਕ ਰਿਹਾ ਇਹਦੇ, ਮੈਂ ਕੀ ਕਰਾਂ? ਓਏ ਯਾਰ, ਮੈਂ ਬਿਊਟੀ ਪਾਰਲਰ ਵਾਲੀ ਨੂੰ ਬੁਲਾਇਆ ਇੱਥੇ। ਉਹ ਜਿਹੜੀ ਲਾੜਾ ਤੇ ਬਹੁਤ ਸੋਹਣਾ ਕਰੇਗੀ ਤਿਆਰ ਕਰੇ। ਆਹੋ ਆਹੋ, ਉਹ ਬੁਲਾਓ ਉਹਨੂੰ, ਬੁਲਾਓ ਆ ਜਾਓ ਆ ਜਾਓ। ਉਹ ਹੋ ਗਈ ਇਜਾਜ਼ਤ। ਅਸਲਾਮ ਅਲੈਕੁਮ। ਵਾਲੇਕੁਮ ਸਲਾਮ ਪਿਆਰੇ ਬੱਚੋ, ਆਜ ਮੁਸ਼ਕਿਲ ਨੰਬਰ
ਖੁਆਇਸ਼ ਪੜ੍ਹੇਂਗੇ, ਉਸਕੇ ਬਾਅਦ ਲੜਕੀ ਕੋ ਛੇੜ। ਓ ਮਾਈ ਗੋਡ, ਇੰਨਾ ਬੜਾ ਕੱਪੜਾ ਲਾਇਆ ਸੂਟ ਨੂੰ ਭਰਾਵਾ, ਪਾਣੀ ਸਾਹਿਬ ਕੱਪੜਾ ਫੜ ਤੇ ਕੁੜੀ ਦੇ ਹੱਥ ਬੰਨ ਤਾਂ ਹਾਲ ਦਾ ਚੱਕਰ ਲਵਾਈਏ ਭਾਈ ਸਾਹਿਬ। ਕੁੜੀ ਜਿਹੜੇ ਤਮੀਰ ਆ ਜੋ ਬੰਦਾ ਸਾਡਾ ਦਿਓ ਜਨਾਬ। ਖੋਤੀ ਨੂੰ ਬਣੀ ਦਾ ਜਿਹੜੀ ਬਹੁਤੀ ਲਿਟ ਕਰਦੀ ਹੋਵੇਗਾ, ਜਿਹੜੀ ਜਗ੍ਹਾ ਟੱਕਣ ਵਾਲੀ ਉਹ ਛੱਡੀ ਏ। ਜਿੱਥੇ ਜਗ੍ਹਾ ਛੱਡੀ ਹੈ ਨਾ ਇੱਥੇ ਪੱਖਾ ਲਵਾ ਲਓ, ਗਰਮੀ ਨੀ ਚੜੇਗੀ। ਸਾਡਾ ਕੰਮ ਕਰ ਦਿਓ, ਪਿਛਲੀ ਹਵੇਲੀ ਫਿਰ ਗਿਆ ਤੁਸੀਂ, ਫਿਰ ਉਹ ਸਾਫ ਹੋ ਜਾਏਗੀ। ਬਾਂਦਰ ਧੁੱਪੇ ਬਣਿਆ ਦੁਲਹਨ ਤਿਆਰ ਕਰਦੀ ਹੈ ਬਿਊਟੀ ਪਾਰਲਰ ਤੇ। ਮੇਰੇ ਜਜ਼ਬਾਤ ਵੀ ਤੂੰ ਨਹੀਂ ਜਾਣਦਾ, ਤੈਨੂੰ ਕੌਣ ਦੱਸੇਗਾ? ਜਜ਼ਬਾਤੀ ਆਦਮੀ, ਇਹਦੀ ਵਜ੍ਹਾ ਤੋਂ ਸਾਡੇ ਪਿੰਡ ਚ ਖੁਸਰਿਆਂ ਨੇ ਆਉਣਾ ਛੱਡ ਦਿੱਤਾ। ਮੈਂ ਕਰਨਾ, ਅੱਛਾ ਗੱਲ ਕਰ ਰਿਹਾ ਮੈਂ, ਗੱਲ ਗੱਲ ਕਰਨਾ ਕਿੰਨੀ ਫੀਸ ਲੈਣੀ ਹੈ ਮੇਰੇ ਕੋਲ? ਕਦੀ ਗੱਲ ਹੁੰਦੀ ਨਹੀਂ। ਉਹ ਚੱਲ ਕੋਈ ਗੱਲ ਨਹੀਂ, ਕਰ ਕਰ। ਦੇਖੋ ਜੀ ਕਰ ਗੱਲ, ਕਰ ਕਰ ਕਰ। ਮੈਂ ਇਹਦਾ ਸਖਤ ਹੱਥ ਨਹੀਂ ਸੀ ਰੱਖਿਆ। ਚੱਲ ਚੱਲ ਹਾਂ ਕਰ, ਇੱਕ ਵੋਟੀ ਇੱਕ ਕਰਨੀ ਹੈ, ਗੱਲ ਮੇਰੀ ਵੀ ਕਰਨੀ ਹੈ, ਕਰ ਕਰ। ਤੇਰੀ ਗੱਲ ਦੇ ਵਿੱਚ ਮੈਂ ਆਪਣੀ ਗੱਲ ਨਾ ਖਰਾਬ ਕਰਾ ਲਾਂ। ਨਹੀਂ ਨਹੀਂ ਨਹੀਂ, ਫਿਕਰ ਨਾ ਕਰ, ਤੇਰਾ ਗੱਲ ਤੇ ਤੂੰ। ਇੱਕ ਵੋਟੀ ਤਿਆਰ ਕਰਨੀ ਜੀ, ਮੇਰੀ ਵੀ ਕਰਨੀ ਹੈ। ਲੱਗਾ ਹੀ ਨਾ ਪਤਾ ਹੈ ਮੈਨੂੰ, ਇੰਜ ਮਹਿਸੂਸ ਹੋ ਰਿਹਾ ਸੀ। ਹੋਰ ਥੋੜਾ ਜਿਹਾ ਧੱਕਾ ਦਿੰਦਾ, ਮੈਂ ਉਹਦੇ ਵਿੱਚ ਯੋਜਨਾ ਸੀ। ਮੈਂ ਏਡਾ ਪਾਗਲ ਨਹੀਂ, ਤੈਨੂੰ ਜ਼ੋਰ ਦੀ ਧੱਕਾ ਦਿੰਦਾ। ਨਹੀਂ ਤੋ ਇਹ ਦੁਲਹਨ ਤਿਆਰ ਕਰਤੀ? ਹਾਂਜੀ, ਮੈਂ ਦੁੱਲਾ ਤਿਆਰ ਕਰਤਾ। ਤੁਹਾਡਾ ਦੱਸਣਾ ਨੇ? ਨਹੀਂ ਨਹੀਂ, ਹਕੀਮ ਆ। ਅੱਛਾ, ਇਹ ਹਕੀਮ ਹੈ, ਦੁਲਹਾ ਤਿਆਰ ਕਰਦਾ। ਹਾਂਜੀ, ਜੇ ਵਿਆਹ ਹੋ ਗਿਆ ਤਾਂ ਠੀਕ ਹੈ, ਨਹੀਂ ਤਾਂ ਮੁੰਡੇ ਨੂੰ ਘਰ ਹੀ ਰੱਖ ਲੈਂਦਾ ਹੈ। ਖਾਨਦਾਨੀ ਹਕੀਮ ਹੈ, ਨਹੀਂ ਖਾਨਦਾਨੀ ਦੁਲਹਾ ਚੈੱਕ ਕਰਾਉਂਦੇ ਤਿਆਰ। ਅੱਛਾ ਜੀ, ਇਹ ਦੱਸੋ ਕਿ
ਮੁੰਡਾ ਤਿਆਰ ਕਰਨ ਦੇ ਕਿੰਨੇ ਪੈਸੇ ਲੱਗਦੇ? 50,000 ਦੁਲਹਾ ਯਾਨੀ? ਹਾਂਜੀ, ਲਾੜਾ ਤਿਆਰ ਕਰਨ ਦਾ 50,000 ਤੇ ਦੁਲਹਨ ਤਿਆਰ ਕਰਨ ਦੇ ਕਿੰਨੇ ਪੈਸੇ ਲੱਗਦੇ? 1,00,000 1,00,000 ਰੁਪਈਆ ਮੋਟੀ ਤਿਆਰ ਕਰਨ ਦਾ? ਹਾਂ ਜੀ। ਕਿੰਨੀ ਦੇਰ ਚ ਤਿਆਰ ਕਰਦੇ? 3 ਘੰਟੇ ਤੇ ਕੰਮ ਤੇ 5 ਮਿੰਟ ਦਾ ਸਾਰਾ। ਤੁਸੀਂ ਤੂੰ ਸਮਝਿਆ ਨਹੀਂ, ਉਹ ਸੁਰਖੀਆਂ ਪਾਊਡਰ ਲਾਉਣੇ ਹੁੰਦੇ ਆ ਕੁੜੀ ਨੂੰ। ਮੁੰਡੇ ਦੇ ਵਾਲ ਤਾਂ ਪਹਿਲੇ ਖੜੇ ਆ, ਮੇਰਾ ਪੁੱਤਰ ਮੈਂ ਵੇਖਿਆ। ਆਪਣੇ ਹੱਥੀ ਤਿਆਰ ਕਰਾਉਣਾ, ਤੁਸੀਂ ਤਿਆਰ ਕਰਨਾ ਤੇ ਮੈਂ ਵੇਖਣਾ। ਤੁਸੀਂ ਬੰਦਾ ਤਿਆਰ ਕਰਦੇ ਉੱਤੋਂ ਕੋਈ ਵੇਖ ਸਕਦਾ? ਹਾਂ, 50,000 ਰੁਪਇਆ ਮੁੰਡਾ ਤਿਆਰ ਕਰਨ ਦਾ। ਮੈਂ ਤੁਹਾਨੂੰ ਮੁੰਡਾ ਤਿਆਰ ਕਰਨ ਦਾ 1,00,000 ਦੇਵਾਂਗਾ, ਕੁੜੀ ਦਾ 2,00,000 ਦੇਵਾਂਗਾ। ਕੋਈ ਬਾਬਾ ਵੀ ਤਿਆਰ ਕਰ ਲੈਂਦੇ ਹੋ? ਉਹਦਾ 10,000 ਉਹਦਾ 10,000 ਕਰ ਲੈ, ਬਾਬਾ ਤੂੰ ਜਲਦੀ ਤਿਆਰ ਹੋ ਜਾਂਦਾ ਹੁੰਦਾ। ਇਹ ਤੇਰਾ ਭੁਲੇਖਾ ਹੀ ਮੇਰੇ ਵਰਗੇ ਬਾਬੇ ਨੂੰ 3-3 ਘੰਟੇ ਲੱਗ ਜਾਂਦੇ ਨੇ। ਹਾਂ, ਇਹ ਬਾਬੇ ਦੀ ਕਿਹੜਾ ਤਿਆਰੀ ਹੁੰਦੀ ਹੈ? ਜਾ ਕੁੜੀ ਅੰਦਰ, ਜਾ ਕੁੜੀ ਤਿਆਰ ਕਰ। ਜੀ ਠੀਕ ਹੈ। ਜਾ ਰਹੇ ਅੰਦਰ। ਦੱਸ ਕਹਿੰਦਾ ਪਹਿਲਾਂ ਤਿਆਰ ਕਰਾਈਏ। ਚੌਰੀ ਸਾਹਿਬ, ਮੈਂ ਤਾਂ ਕਹਿੰਦਾ ਤੁਸੀਂ ਆਪ ਹੀ ਹੋ ਜਾਓ, ਕਿਉਂਕਿ 6 ਮਹੀਨੇ ਲੱਗ ਜਾਣੇ। ਮੇਰੇ ਕੋ ਕਪੜੇ ਇਹੋ ਹੀ ਆ। ਜਾਨ, ਮੈਂ ਕਬ ਸੇ ਆਪਕੋ ਢੂੰਢ ਰਹੀ ਥੀ। ਮੈਂ ਕਬ ਸੇ ਛੁਪ ਰਹਾ ਥਾ ਆਪਸੇ, ਸਾਹਮਨੇ ਤੋਂ ਬੈਠੇ ਥੇ ਹਮ ਦੋਨੋਂ ਬਾਤ ਕਰ ਰਹੇ ਥੇ। ਮਸਲਾ ਕਿਆ ਹੈ ਜਾਨ ਜੀ? ਮੈਂ ਬਹੁਤ ਖੁਸ਼ ਹਾਂ, ਮੇਰੀ ਸ਼ਾਦੀ ਹੋ ਗਈ। ਉਹਦਾ ਫਾਸਲਾ ਰੱਖ ਕੇ ਖੁਸ਼ੀ ਨਹੀਂ ਚੜਦੀ, ਖੁਸ਼ੀ ਨਾਲ ਲਵਾਉਣੀ ਤੂੰ। ਲੈ ਦੱਸੋ ਜਾਨ, ਆਪਕੋ ਪਤਾ ਹਮ ਬਚਪਨ ਸੇ ਇੱਕ ਦੂਸਰੇ ਕੋ ਪਿਆਰ ਕਰਤੇ ਹੈ। ਇਹ ਜਿਹੜੀ ਜਗ੍ਹਾ ਜੀ, ਐਡੇ ਕੁੱਤੇ ਦੇ ਬੱਚੇ ਹੁੰਦੇ ਆ, ਬੱਕਰੀ ਦੇ ਕਰ ਲਾ ਜਿਹੜੇ ਇਤਨੇ ਇਤਨੇ। ਆਹੋ ਯਾਰ, ਪਿੰਡ 'ਚ ਇਕੱਠੇ ਡੁੱਬਣ ਮਿੱਟੀ ਖੇਡਦੇ ਹਾਂ, ਬਿਲਕੁਲ ਸਾਰੇ ਲੱਭ ਜਾਂਦੇ, ਘੰਟਾ ਘੰਟਾ ਨਹੀਂ ਨਿਕਲਦੇ। ਮੁੰਡੇ ਸ਼ੱਕਰ ਭੁੱਜੀ ਦੀ ਖੇਡਦੇ ਸੀ। ਇਹ ਤਾਂ ਮੈਨੂੰ ਬਿਲਕੁਲ ਯਾਦ ਹੈ, ਜਦੋਂ ਇੱਕ ਤੇ 8-8 ਛਾਲ ਮਾਰ ਕੇ ਚੜਦੇ ਸੀ, ਯਾਦ ਆ ਨਾ? ਉਹ ਬਾਂਦਰ ਕਿਲਾ ਵੀ ਖੇਡਦੇ ਆ। ਜਾਨੂ ਜੀ, ਜਾਨੂ ਮੈਂ ਸੋਚ ਲਿਆ, ਕਿਆ ਹਮਨੇ ਹਨੀਮੂਨ ਕੇ ਲਈ ਲੰਡਨ ਜਾਏਂਗੇ। ਲੰਡਨ ਨਹੀਂ ਜਾਣਾ, ਉੱਥੇ 5-6 ਗੋਰੇ ਮੇਰੇ ਯਾਰ ਰਹਿ ਕੇ ਪੈ ਜਾਂਦੇ ਨੇ, ਉਹ ਨਹੀਂ ਵੇਖਦੇ, ਇੰਗਲਿਸ਼ ਬੋਲਦੇ ਬੋਲਦੇ ਵੜ ਜਾਂਦੇ ਨੇ। ਅੱਛਾ ਠੀਕ ਹੈ, ਫਿਰ ਅਮਰੀਕਾ ਜਾਏਂਗੇ। ਹਮ ਕਿਸੇ ਕੇ ਗੁਲਾਮ ਨਹੀਂ ਹੈ। ਰਾਈਟ ਹੈ, ਅਮਰੀਕਾ ਦੇ ਪਾਣੀ ਇੰਨਾ ਠੰਡਾ, ਟੂਟੀਆਂ 'ਚ ਪਾਣੀ ਜੰਮ ਜਾਂਦਾ। ਪਾਕਿਸਤਾਨ ਠੀਕ ਆ, ਇੱਥੇ ਟੂਟੀ ਦੇ ਉੱਤੇ ਇੱਟ ਵੀ ਰੱਖੋ, ਕਦਰਾ ਕਦਰਾ ਨਿਕਲਦਾ ਰਹਿੰਦਾ। ਇੰਡੀਆ ਦੇ ਲਾਣਤ ਭੇਜਦੇ ਆ, ਸਾਡਾ ਸੋਹਣਾ ਪਾਕਿਸਤਾਨ ਜ਼ਿੰਦਾਬਾਦ। ਪਾਕਿਸਤਾਨ ਦੇਖੋ ਨਾ, ਸਰਦੀਆਂ 'ਚ ਮੱਛਰ, ਗਰਮੀਆਂ 'ਚ ਭੂੰਡ, ਉੱਥੇ ਲੱਭਣੇ ਇਹੋ ਜਿਹੀਆਂ ਹਿਆਵਾਂ। ਹੋਰ ਕੁਛ ਚਾਹੀਦਾ ਦੱਸ? ਆ ਗਿਆ ਸਲੋ ਮੋਸ਼ਨ ਬਗੈਰ ਤਾਂ।
ਉਹ ਤੈਨੂੰ ਪਿੰਡ ਲੱਗਦੇ ਆ ਨੌਕਰਾ, ਨਾਸ਼ਤਾ ਕਿਉਂ ਨਹੀਂ ਬੀਬੀ ਦਿੱਤਾ ਗਰੀਬਾ? ਉਹ ਮੈਂ ਕਿੱਥੋਂ ਨਾਸ਼ਤਾ ਦਿਆ, ਉਹ ਇੱਕੋ ਇੱਕੋ ਹੀ ਪਤੀਲੀ ਆ, ਉਹਨੂੰ ਮਾਂਜ 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 ਉਹ ਫੇਰ ਕਾਲੀ ਆ ਪਤੀਲੀ ਮਾਂਜ ਲਈ। ਹਾਂਜੀ, ਜਾ ਕੇ ਮੋਠਾਲਾ ਜੱਗ ਵੀ ਮਾਂਜ। ਓਏ ਗਰੀਬੋ, ਤੁਹਾਨੂੰ ਹੋਸ਼ ਨਹੀਂ ਆ ਗਈ? ਓਏ ਉਹ ਗਡੇਰੀਆਂ ਨੂੰ ਫਰੂਟ ਕਹਿਣ ਵਾਲੇ ਹੋ, ਉਹ ਬੇਰਾਂ ਨੂੰ ਸੇਬ ਸਮਝ ਕੇ ਖਾਣ ਵਾਲੇ ਗਰੀਬ ਆਦਮੀ, ਮੰਜੀ ਉੱਤੇ ਮੰਜੀ ਥੱਲੇ ਬੱਚੇ ਉੱਤੇ ਅੰਮੀ। ਹਲਾ ਅਮੀਰਾ, ਘਰ 'ਚ ਸਾਲਗਿਰਾ ਰੱਖ ਕੇ ਭੈਣ 'ਤੇ ਭੂੰਡੀ ਕਰਾਉਣ ਵਾਲੇ ਆ। ਉਹ ਸਾਡਾ ਪਰਸਨਲ ਮੈਟਰ ਹੈ, ਕਿਸੇ ਨੂੰ ਇਤਰਾਜ਼ ਤਾਂ ਨਹੀਂ ਹੋਣਾ ਚਾਹੀਦਾ। ਚੱਲ ਮਾਫੀ ਮੰਗ ਬੀਬੀ ਜੀ। ਉਹਨਾਂ ਕੀ ਬਦਤਮੀਜ਼, ਓਏ ਕਿਸ ਤਰ੍ਹਾਂ ਤੂੰ ਗੱਲ ਕਰਦਾ, ਮੂੰਹ ਤੇ ਚੰਨ ਮਾਰੀ ਹੋਵੇ ਨਾ ਮੈਂ ਤੇਰੇ। ਹਾਂਜੀ ਥੱਲੇ ਵੇ, ਚੱਲ ਮਾਫੀ ਮੰਗ, ਪੈਰ ਫੜ। ਮੈਂ ਤਾਂ ਕਹਿੰਦਾ ਬਾਅਦ 'ਚੋਂ ਨਾ ਮਾਫੀ ਮੰਗ ਲਾ, ਬਾਅਦ 'ਚੋਂ ਅੱਗੋਂ ਬਹਿਸ ਕਰਨਾ। ਚੱਲ ਜਲਦੀ ਪੈਰ ਫੜ। ਹਾਂ ਫੜ। ਤੇਰੇ 'ਚ ਬਾਬੇ ਆਏ, ਛੇਤੀ ਪੈਰ ਫੜ ਲੈ ਕੇ ਵਾਪਸ ਚੱਲਾਂ, ਪੈਰ ਫੜਨੇ ਨੇ। ਜਲਦੀ ਬੀਬੀ ਜੀ ਮਾਫ ਕਰ ਦਿਓ। ਮਾਫ ਕਰ ਦੇ। ਓਕੇ ਗੈਟ ਆਊਟ। ਨਾਸ਼ਤਾ ਬਣਾ, ਇਹਨਾਂ ਲਈ ਅੱਛਾ ਜਿਹਾ ਸਲਾਈਸ ਬਣਾ, ਅੰਡੇ ਬਣਾ ਤੇ ਨਾਲ ਆਮਲੇਟ ਬਣਾ, ਨਾਲ ਇੱਕ ਜੂਸ ਬਣਾ। ਜੂਸ ਪਤਾ ਉਹ ਲਿਆਈ ਛੱਡੂ ਫਲੇਵਰ, ਉਹ ਕਿਹੜਾ? ਉਹ ਜਿਹੜਾ ਗਲਾਸਾਂ 'ਚ ਥੋੜ੍ਹਾ ਥੋੜ੍ਹਾ ਨਹੀਂ ਛੱਡਿਆ ਹੁੰਦਾ, ਉਹਨੂੰ ਇਕੱਠਾ ਕਰਕੇ ਲਾਇਆ ਛੱਡੂ ਫਲੇਵਰ। ਅਸੀਂ ਸ਼ਾਦੀ ਕਰਨ ਲੱਗੇ ਜਾਨ, ਮੇਰੇ ਵਿਆਹ ਤੇ ਆਉਣਾ ਹੀ। ਤੁਸੀਂ ਸ਼ਾਦੀ? ਉਹ ਤੇਰਾ ਤੇ ਆਪਣਾ ਖਾਮ ਖਰਾਦਾਂ ਦਾ ਕੰਮ ਕਰਦਾ, ਉਹਨੇ ਛੱਡਤਾ, ਤੁਹਾਡੀਆਂ ਗਰਾਰੀਆਂ ਟੁੱਟ ਗਈਆਂ ਸੀ। ਤੇ ਚੱਲ ਨਾਸ਼ਤਾ ਬਣਾ, ਅਸੀਂ ਅੱਬੇ ਨੂੰ ਖਬਰ। ਹਾਂ ਮੰਗਲ ਕੋ ਗੁੱਡ ਨਿਊਜ਼ ਦੇ ਤੇ ਇਸਕੇ ਮੂੰਹ ਨਾ ਲਗੇ, ਐਵੇਂ ਤਨ ਖਰਾਬ ਹੋ ਜਾਏਗਾ ਮਾਰਾ, ਇਤਨਾ ਅੱਛਾ ਜੀ। ਠੀਕ ਹੈ ਜੀ, ਠੀਕ ਹੈ। ਕਿਆ ਜੀ ਖਰਾਬ ਹੋ ਜਾਏਗਾ? ਹਾਂ ਤਾਂ ਹੋ ਜਾਏਗਾ। ਉਹ ਤੂੰ ਘੂਰੀਆਂ ਪਾਉਂਦੇ ਆ, ਤੇਰੇ ਘਰੋਂ ਲੈ ਕੇ ਆਏ ਆ। ਚਲੇ ਜਾ। ਓ ਯਾਰ ਇਹ ਅਜੀਬ ਗੱਲ ਆ ਬਈ, ਓਏ ਅਮੀਰ ਬੰਦੇ ਗਰੀਬ ਬੰਦੇ ਨੂੰ ਸਮਝਦੇ ਹੀ ਕੁਛ ਨਹੀਂ ਯਾਰ, ਜ਼ਲਾਲਤ ਕਰ ਕਿਹੜਾ ਵਿੱਦਦੀ ਆ। ਜਾ ਬਈ ਕਰਦੇ ਨੇ ਇੱਕ ਦੂਸਰੇ ਨਾਲ, ਉਹ ਪਿਆਰ ਕਰਦੇ ਨੇ ਇੱਕ ਦੂਸਰੇ ਨਾਲ।
ਜ਼ੀਰੋ ਦਾ ਬਲਬ ਲੱਗਾ ਸੀ। ਜ਼ੀਰੋ ਦਾ ਬਲਬ? ਹਾਂ। ਕੀ ਇਹ? ਉਹ ਚਲੇ ਜਾ ਕੰਮ ਕਰ। ਕਿਉਂ ਮੈਂ ਕੰਮ ਕਰਾਂ? ਮੈਨੂੰ ਨਹੀਂ ਪਤਾ। ਚਲ ਦੱਸ ਦੇ, ਇੱਧਰ ਦੇ ਮੇਰੀ ਗੱਲ ਸੁਣ। ਤੈਨੂੰ ਪਤਾ ਤੂੰ ਬੜਾ ਠੰਕੀ ਹੈ, ਚਲ ਹੁਣ ਦੱਸ ਦੇ। ਹਾਂ ਚਲ। ਤੈਨੂੰ ਪਤਾ? ਹਾਂ। ਇਹਨੂੰ ਪਤਾ ਹੀ ਹੋ। ਸਿਹਤ ਇਜਾਜ਼ਤ ਨਹੀਂ ਦਿੰਦੀ, ਬੰਦਾ ਵੀ ਹੋਰ ਲੱਭ ਲੈ।
ਮੈਂ ਆਪਣੇ ਪੁੱਤਰ ਦਾ ਵਿਆਹ ਕਰ ਰਿਹਾ ਜਤੋਸ਼ੀ। ਪੁੱਤਰ ਦਾ ਵਿਆਹ ਕਰਨੇ ਤੇ ਉਹ ਹਾਂ ਇਸ ਪੁੱਤਰ ਦਾ ਵਿਆਹ ਕਰ ਰਿਹਾ ਤੇ ਨਾਲ ਆਪਣੀ ਭਤੀਜੀ ਦਾ ਵਿਆਹ ਕਰ ਰਿਹਾ। ਭਤੀਜੀ ਦਾ ਮੇਰਾ ਤੇ ਹੋਇਆ ਹੁਣ ਕਿਤੇ ਹੋਰ ਕਰ ਦੇ ਸੀ ਕਿਹਨੇ ਪੁੱਛੀ ਆ। ਅੱਛਾ ਉਹਨਾਂ ਦੋਵਾਂ ਦਾ ਆਪਸ ਵਿੱਚ ਵਿਆਹ ਕਰ ਰਿਹਾ। ਅੱਛਾ ਤੁਹਾਡੇ ਭਰਾ ਦੀ ਧੀ ਤੇ ਤੁਹਾਡਾ ਪੁੱਤਰ ਹਾਂ ਆਪਸ ਵਿੱਚ ਵਿਆਹਣਾ ਚਾਹੁੰਦੇ ਹੋ? ਅੱਧਾ ਪਿੰਡ ਮੇਰੇ ਪੁੱਤਰ ਦੇ ਨਾਂ ਹੈ ਤੇ ਅੱਧਾ ਪਿੰਡ ਮੇਰੀ ਭਤੀਜੀ ਦੇ ਨਾਂ ਹੈ। ਅੱਧਾ ਪਿੰਡ ਤੇ ਤੁਹਾਡੇ ਪਹਿਲੇ। ਅੱਛਾ ਚਲੋ ਤੁਹਾਡਾ ਹੀ ਸੀ। ਮੈਂ ਕਹਿੰਦਾ ਦੋਵਾਂ ਦਾ ਵਿਆਹ ਹੋ ਜੇ ਪੂਰਾ ਪਿੰਡ ਮੇਰਾ ਹੋ ਜਾਏਗਾ। ਠੀਕ ਹੈ ਤੂੰ ਉਹਨਾਂ ਦਾ ਹਿਸਾਬ ਲਾ ਤਾਰਿਆਂ ਨਾਲ। ਕੋਈ ਭਰਾ ਨੂੰ ਕੋਈ ਟੈਨਸ਼ਨ ਤੇ ਨਹੀਂ ਆ ਰਹੀ ਰਸਤੇ? ਨਹੀਂ ਬਿਲਕੁਲ ਹਿਸਾਬ ਲਾ ਰਹੇ ਨੇ। ਤੁਸੀਂ ਮੁੰਡੇ ਨੂੰ ਮੂੰਹ ਤੇ ਕਰਾਓ ਮੇਰੇ ਨਾਲ ਜਰਾ ਤਾਰਫ ਹੋ ਜਾਏ ਉਹਦਾ। ਅੱਛਾ ਤਾਂ ਕਿ ਮੈਨੂੰ ਪਤਾ ਲੱਗ ਜਾਏਗਾ ਵੀ ਮੁੰਡਾ ਕੀ ਕਰਦਾ ਤੇ ਕੀ ਹਿਸਾਬ ਕਿਤਾਬ ਹੈ ਉਹਦਾ। ਮੁੰਡਾ ਤੇ ਚੰਗਾ ਟੁੱਟਾ ਏ। ਉਹ ਤੇ ਹੋਣਾ ਹੀ ਹੈ ਨਾ ਹਰੇ ਤੁਹਾਡਾ ਕਿਹੜਾ ਆਪਣਾ ਹੈ? ਨਹੀਂ ਮਤਲਬ ਕਿਹੜਾ ਗੈਰ ਹੈ ਤੁਹਾਡਾ ਆਪਣਾ ਹੀ ਹੈ ਨਾ। ਜਵੇਦ ਪੁੱਤਰ ਥੱਲੇ ਉੱਤਰ ਉੱਤੇ ਹੋਣਾ ਨਾ। ਜਵੇਦ ਪੁੱਤਰ ਆ ਬਾਹਰ ਆ ਪੁੱਤਰ ਤੇਰਾ ਚਾਚਾ ਆਇਆ ਏ। ਬਾਹਰ ਆਉਣਾ ਕਿ ਮੈਂ ਅੰਦਰ ਆ ਜਾਵਾਂ? ਤੂੰ ਕਦ ਨਹੀਂ ਜਾਏਗਾ? ਮੁੰਡੇ ਦੀ ਤਬੀਅਤ ਮਿੱਠੀ ਜੀ ਲੱਗਦੀ ਆ ਜੀ। ਅੱਬਾ ਜੀ ਐ ਪੁੱਤਰਾ ਜਤੋਸ਼ੀ ਅਸਲਾਮ ਅਲੈਕੁਮ। ਬੜੀ ਲੰਮੀ ਟੈਨਸ਼ਨ ਆ ਤੁਹਾਡੀ ਯਾਦ ਹੀ ਕਰ ਰਹੇ ਸਾਂ। ਭਤੀਜਾ ਕੀ ਹਾਲ ਹੈ? ਚਾਚੀ ਠੀਕ ਠਾਕ ਆ ਰਹੀ ਹੈ ਚਾਚੀ? ਸ਼ਾਦੀ ਦਾ ਮਸਲਾ ਵੱਡਾ ਹੋ ਗਿਆ ਭਤੀਜਾ। ਯਾਦ ਤੇ ਡੇਢ ਡੇਢ ਘੰਟਾ ਤੈਨੂੰ ਮੈਂ ਝੋਲੀ 'ਚ ਭਾਈ ਰੱਖਦਾ ਹੁੰਦਾ ਸੀ। ਆਹੋ ਮੈਂ ਛੋਟਾ ਜਿਹਾ ਜਦੋਂ ਹੁੰਦਾ ਸੀ ਉਹ ਓਡਾ ਹੀ ਸਾਂ। ਇਹਦਾ ਵਿਆਹ? ਇਹਦਾ ਵਿਆਹ ਚੋਰੀ? ਮੈਂ ਤਾਂ ਕਹਿੰਦਾ ਇੱਥੇ ਪੈਸੇ ਨਾ ਖਰਚ ਕਰ ਰਹੇ ਨੇ। ਪਤਾ ਨਹੀਂ ਬਲੀਮਾ ਵੀ ਕੱਢਣਾ ਕਿ ਨਹੀਂ ਕੱਢਣਾ। ਉਹ ਯਾਰ ਤੂੰ ਥੋੜੇ ਜਿਹੇ ਪੈਸੇ ਲੈ ਲੈ ਮੇਰਾ ਪਹਿਲਾ ਦਿਨ ਕਢਾ ਦੇ। ਉਹ ਸੇਮ ਤਾਂ ਵੇਖ ਮੁੰਡੇ ਦੀ ਇਹਨੂੰ ਬੋਤਲ ਸ਼ੋਟਲ ਨੂੰ ਆ ਤੂੰ ਇਹਨੂੰ ਔਰਤ ਲਵਾਉਣ ਦੇ ਬੋਤਲ ਮੈਂ ਫਈ ਗਿਆ ਤਾਂ ਫਾਂਟਾ ਜੀ ਲਾਏ ਤੁਸੀਂ ਸ਼ਾਦੀ ਦੇ ਸਿਰਸੇ ਲੈ ਆਇਓ। ਅੱਛਾ ਨਹੀਂ ਕਿਸਮਤ ਵੇਖ ਕਿਸਮਤ ਵੇਖ ਕਿਸਮਤ ਦਾ ਹਾਲ ਵੇਖ ਲੈਣਾ ਮੁੰਡੇ ਦੀ ਕਿਸਮਤ ਪਹਿਲੇ ਵੀ ਮੈਂ ਦੋ ਤਿੰਨ ਵਾਰੀ ਵੇਖੀ। ਠੀਕ ਹੈ ਬਾਬਾ ਠੀਕ ਹੈ ਠੀਕ ਕਰਦਾ ਆਪਾਂ ਵਿੱਚ ਓਏ ਬਚਾਈਆ ਲੈ ਪੁੱਤਰ ਐ ਹੈ ਨੇ ਦਾਣੇ ਇਹਨਾਂ ਦਾਣਿਆਂ ਦੀ ਗਿਣਤੀ ਦੇ ਨਾਲ ਅਸੀਂ ਹਿਸਾਬ ਲੈਂਦੇ ਇਹਨਾਂ ਨੂੰ ਫੜ ਕੇ ਜਰਾ ਇੰਨੇ ਨਹੀਂ ਕਰ ਐਂਜਨ ਹੱਥ ਨਰਮ ਰੱਖ ਹੱਥ ਨਰਮ ਰੱਖ ਖੜਕਾਏ ਇੰਜ ਦਾਣੇ ਨਾਲ ਘਬਰਾ ਜਾਂਦੇ ਨੇ। ਫਿਰ ਪਹਿਲਾਂ ਤੇਰੇ ਕੋਲ ਸਹੀ ਕਿਉਂ ਨਹੀਂ ਹੁੰਦੇ? ਕਿਉਂ ਨਹੀਂ ਹੁੰਦੇ? ਪਹਿਲਾਂ ਤੂੰ ਖੱਬੇ ਹੱਥ ਨਾਲ ਕਰਦਾ ਹੁੰਦਾ ਸੀ ਹੁਣ ਸਹੀ ਉਹ ਨਾ ਖੜਕਾ ਨਾ ਉਹਦੇ ਨਾਲ ਜਾਓ ਤੁਸੀਂ ਹੋ ਗਿਆ ਵਿਆਹ ਖੜਕਾ ਕੇ ਸੁੱਟ ਤੇਰਾ। ਓ ਓ ਦਾਣਾ ਚੁੱਕ ਪੁੱਤਰ ਚੁੱਕ ਤਿੰਨ ਰਵੀ ਚੁੱਕ ਅੱਠ ਯੇ ਅੱਠ ਛੇ ਚੌਦਾਂ ਚੋਰੀ ਇਹਦਾ ਵਿਆਹ ਨਾ ਕਰ। ਕਿਉਂ? ਇਹਦੀ ਲੁੱਡੋ ਸਾਰੇ ਪਿੰਡ ਨੇ ਖੇਡੀ। ਅੱਗੇ ਬੜੀ ਬੰਦ ਪਈ
ਲੁੱਡੋ ਤੇ ਉਦੋਂ ਖੁੱਲ ਗਈ ਸੀ ਜਦੋਂ ਫੈਸਲਾਬਾਦ ਤੋਂ ਪਹਿਲੀ ਵਾਰੀ ਕਨੈਕਟਰ ਦੇ ਨਾਲ ਲਾਹੌਰ ਆਇਆ। ਦੂਸਰਾ ਤਬਾਹ ਤੇਰਾ ਹੱਥ ਦੱਸਦਾ ਵੀ ਤੈਨੂੰ ਵਿਆਹ ਦੀ ਲੋੜ ਨਹੀਂ। ਕਿਉਂ ਉਹ ਮੈਂ ਕਰਨਾ ਵਿਆਹ ਦਾ? ਵਿਆਹ ਦੀਆਂ ਲਕੀਰਾਂ ਵੀ ਟਿੱਕਾ ਪਈਆਂ ਨੇ। ਤੂੰ ਬਲੀਮੇ ਵਾਲੀਆਂ ਫੜ ਲਾ। ਬਲੀਮੇ ਵਿਆਹ ਦੀਆਂ ਲਕੀਰਾਂ ਆਪੇ ਬਣ ਜਾਣਗੀਆਂ ਜਦੋਂ ਮੈਂ ਵਿਆਹ ਕਰਾਂਗਾ। ਕੁੜੀ ਕਿਹੜੀ ਉਹ ਤੇਰਾ ਮੇਰੇ ਮੂੰਹ ਤੇ ਕਰਾ, ਮੈਂ ਕੁੜੀ ਦੇ ਨਾਲ ਬਾਤ ਚੀਤ ਕਰ ਲਵਾਂ, ਨਾਲੇ ਉਹਦੀ ਬਾਤ ਵੇਖ ਲਵਾਂ, ਨਾਲੇ ਚੀਤ ਵੇਖ ਲਵਾਂ। ਉਹ ਬਾਤ ਚੀਤ ਸ਼ੈਲਾ ਪੁੱਤਰ ਥੱਲੇ ਉਤਰ। ਸ਼ੈਲਾ ਪੁੱਤਰ ਉਹ ਕੁੜੀ ਸੋਹਣੀ ਹੈ, ਚਲ ਅੰਦਰ ਹੀ ਚੱਲਨੇ ਆ। ਕੁੜੀ ਇਹ ਤੇਰੇ ਹੱਥ ਦੀ ਲਕੀਰ ਦੱਸਦੀ, ਤੂੰ ਜਿਹਦੇ ਨਾਲ ਚੰਗਾ ਕੀਤਾ ਉਹਦੇ ਨਾਲ ਉਹਨੇ ਤੇਰੇ ਨਾਲ ਬੁਰਾ ਹੀ ਕੀਤਾ। ਇਹ ਕੁੜੀ ਦੀਆਂ ਉਂਗਲਾਂ ਨੀ ਠੀਕ ਲੱਗਦੀਆਂ। ਮੇਰਾ ਅੰਗੂਠਾ ਲੈ ਲਾ। ਤੇਰਾ ਅੰਗੂਠਾ ਹੁੰਦਾ ਤੇ ਬਸ ਆਪਣੇ ਲੁੱਡੋ ਆਪ ਨਾ ਖੇਡ ਲੈਂਦਾ। ਯਾਰ ਤੂੰ ਲੁੱਡੋ ਕਿਹਦਾ ਨਾਂ ਰੱਖਿਆ ਭਾਈ? ਆ ਮੇਰੀ ਭਤੀਜੀ। ਸਾਨੂੰ ਨੀ ਲੁੱਡੋ ਵਾ।
ਸਾਰਾ ਹੀ ਰਗੜਾ ਲਵਾ ਲਈ ਗਈ। ਰਗੜਾ ਲਵਾ ਲਓ ਦਵਾਓ ਪੜਵਾਓ ਨਾ। ਕੁੜੀ ਵਜ਼ਨ ਉਹ ਤੂੰ ਕਿਹੜੇ ਪਿੰਡੇ ਦੇ ਆਇਆ ਸਾਲਿਆ? ਤੈਨੂੰ ਨਹੀਂ ਸਮਝ ਆਉਂਦੀ? ਚੁੱਕ ਦਾਣਾ ਚੁੱਕ ਦਾਣਾ, ਤੈਨੂੰ ਪਤਾ ਲੱਗੇਗਾ। ਸਾਡੀ ਜਾਨ ਉਦੋਂ ਛੱਡੇਗਾ ਜਦੋਂ ਸਾਰੀ ਲੁੱਟੋ ਗਿਲੀ ਕਰ ਦੇਵਾਂ। ਅੰਕਲ ਜੀ ਰੋਂਦੇ ਕਰ ਤੂੰ ਚੁੱਕੋ ਆ ਲੈ 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 ਜੀ ਘੋਟਣਾ 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 ਆਪ ਆਪਣੀ ਵਾਲੀ ਲੁੱਟੋ ਘੋਟਣਾ ਆਪਣੇ ਵਾਲੀ ਬੰਦ ਕਰ ਲੈਣਾ ਯਾਨੀ ਲੁੱਡੋ ਘੁੱਟ ਨਾ ਟਹਿਣੀਆਂ ਸਿੱਧੀਆਂ ਅੰਦਰ ਆਉਣ ਹੈ ਪਰ ਜਦੋਂ ਤਾਰੇ ਆਣੇ ਉਵੇਂ ਹੀ ਅੰਦਰ ਜਾਣਾ ਨਾ ਨੇ ਲੁੱਡੋ ਘੁੱਟ ਨਾ ਲਾ ਜੀ ਮੁੰਡਾ ਜਿਹੜਾ ਜਵੇਦ ਜਿਹਦਾ ਨਾਂ ਹੈ ਹਾਂਜੀ ਇਹਦਾ ਸਿਆਰਾ ਇਹਦਾ ਸਿਆਰਾ ਹੈ ਮਰੀਖ ਮੁੰਡੇ ਦਾ ਨਾਂ ਮਰੀਖ ਹੈ ਸਿਆਰਾ ਤੇ ਕੁੜੀ ਦਾ ਸਿਆਰਾ ਹੈ ਜੋਹਲ ਉਹ ਤੇਰੇ ਸਦਕੇ ਜਾਵਾ ਦੋਨੇ ਸਿਆਰੇ ਸਿਆਰਾ ਚਮਕਣ ਵਾਲੇ ਇੱਕ ਦੂਜੇ ਦੇ ਇੱਧਰ-ਉੱਧਰ ਘੁੰਮਦੇ ਨੇ ਬਵਾਲ ਖਾਵੇਂ ਵਿਆਹ ਲਖੋ ਇਹਨਾਂ ਦੋਵਾਂ ਦਾ ਆਪਸ ਚ ਮਿਲਾਪ ਬੜਾ ਜ਼ਿਆਦਾ ਚੋਰੀ ਸਾਹਿਬ ਹਾਂ ਲੇਕਿਨ ਇੱਕ ਛੋਟੀ ਜੀ ਜਬਰਦਸਤੀ ਆ ਕੇ ਵੜ ਜਾਂਦਾ ਜਿਹੜਾ ਸਤਾਰੇ ਦੇ ਦਰਮਿਆਨ ਇਹ ਆ ਜਾਵੇ ਉਹਨਾਂ ਦੋਵਾਂ ਸਤਾਰਿਆਂ ਨੂੰ ਸੁੱਖ ਦਾ ਸਾਹ ਨਹੀਂ ਮਿਲਦਾ ਮੇਰੇ ਪੁੱਤਰ ਦੇ ਪਿੱਛੇ ਕਿਉਂ ਆਇਆ ਮੁਸ਼ਤਰੀ ਜੀ ਇਹ ਗੋਰਾ ਚਿੱਟਾ ਨੇ ਇਸ ਲਈ ਇਹਦੇ ਪਿੱਛੇ ਆ ਯਾਦ ਹੈ ਜਦੋਂ ਤੂੰ ਡੇਰ ਤੇ ਨਹਾਉਂਦੇ ਸੀ ਤੂੰ ਕਿਹਾ ਮੇਰੇ ਪਿੱਛੇ ਕੀ ਹੈ ਮੈਂ ਕਿਹਾ ਮੁਸ਼ਤਰੀ ਚੜਿਆ ਉਹ ਮਿਸਤਰੀ ਸੀ ਇਹ ਮੁਸ਼ਤਰੀ ਜਿਹੜਾ ਤੈਨੂੰ ਇਸਤਰੀ ਲਾਉਂਦਿਆ ਸੀ ਉਹ ਮੁਸ਼ਤਰੀ ਉਹ ਮੁਸ਼ਤਰੀ ਵਿਆਹ ਦੀ ਗੱਲ ਦੱਸ ਰਹੀ ਹਾਂ ਵਿਆਹ ਤੁਸੀਂ ਦੋਵੇਂ ਅੰਦਰ ਜਾਓ ਜਾਓ ਤੂੰ ਕਿੱਧਰ ਹੈ ਮੈਂ ਛੱਡ ਕੇ ਆਉਣਾ ਇੱਧਰ ਆ ਜਾ ਤੂੰ ਕੀ ਹਾਲ ਠੀਕ ਚਾਹ ਪੀਣੀ ਨਹੀਂ ਮਗਾ ਲੈਣੇ ਅੰਕਲ ਜੀ ਕੋਈ ਗੱਲ ਨਹੀਂ ਮੈਂ ਤੇਰੀ ਫੀਸ ਦੇਣੀ ਹੈ ਅੱਗੇ ਬੜੇ ਨੋਟ ਭਰ ਭਰ ਦੇਣੇ ਉਹ ਕਿਹੜਾ ਸਿਆਣਾ ਚੋਰ ਸਾਹਿਬ ਬੱਚਿਆਂ ਨੂੰ ਇਸ ਵਾਸਤੇ ਅੰਦਰ ਭੇਜਿਆ ਕਿ ਇਹ ਗੱਲ ਉਹਨਾਂ ਦੇ ਸਾਹਮਣੇ ਕਰਨ ਵਾਲੀ ਨਹੀਂ ਸੀ ਹਾਂ ਤੇਰੇ ਪੁੱਤਰ ਦਾ ਸਤਾਰਾ ਜਿਹੜਾ ਜ਼ੁਹਲ ਹੈ ਹਾਂ ਤੇ ਕੁੜੀ ਦਾ ਸਤਾਰਾ ਮਰੀਖ ਹਾਂ ਤੇ ਜੋ ਮੁਸ਼ਤਰੀ ਇਹਨਾਂ ਦੇ ਵਿੱਚ ਆਇਆ ਤੇ ਜੇ ਅਗਰ ਇਹਨਾਂ ਦੋਵਾਂ ਦਾ ਵਿਆਹ ਹੋ ਗਿਆ ਤੇ ਤੇਰਾ ਪੁੱਤਰ ਤੇਰੇ ਕੋਲੋਂ ਦੂਰ ਜਾ ਕੇ ਯਾਨੀ ਤੇਰੇ ਕੋਲੋਂ ਦੂਰ ਚਲਾ ਜਾਏਗਾ ਦੁਨੀਆ ਛੱਡ ਕੇ ਤੇਰਾ ਪੁੱਤਰ ਫੌਤ ਹੋ ਜਾਏਗਾ ਆਪਣੇ ਚਾਰ ਨਾ ਉਹਦੇ ਇੱਕ ਦਸ ਤੇ ਪੰਜ ਪੰਦਰਾਂ
15 ਜਮਾ ਕਰੀਏ ਬਣਦਾ 6 6 ਨੂੰ ਪੁੱਠਾ ਕਰੀਏ ਤੇ ਬਣਦਾ 9 9 ਨੂੰ ਇੰਜ ਕਮਾ ਲਈਏ ਫੇਰ 6 ਇਹਨਾਂ ਦਾ ਕੋਈ ਅਸਰ ਨਹੀਂ ਹੁੰਦਾ ਓਏ ਆਪੇ ਸਿਆਰੀ ਇੱਧਰ ਉੱਧਰ ਕਰ ਪਰ ਕਿ ਕੋਈ ਤਰੀਕਾ ਹੋਏਗਾ ਮੈਂ ਪ੍ਰਾਣ ਰਿਆਂਗੇ ਤਰੀਕਾ ਕਾਰ ਇੱਕ ਹੈ ਚੌਰੀ ਸਾਹਿਬ ਅਗਰ ਤੁਸੀਂ ਉਹ ਕਰ ਲਓ ਤੁਹਾਡੇ ਪੁੱਤਰ ਦੀ ਜ਼ਿੰਦਗੀ ਵੀ ਬਚ ਸਕਦੀ ਹੈ ਤੁਹਾਡੀ ਭਤੀਜੀ ਦਾ ਵਿਆਹ ਤੁਹਾਡੇ ਪੁੱਤਰ ਨਾਲ ਹੋਏ ਤੇ ਸੁਖ ਦੀ ਜ਼ਿੰਦਗੀ گزار ਸਕਦੇ ਨੇ ਹਾਂ ਤਰੀਕਾ ਦਵਾਵਾਂਗਾ ਦੱਸ ਕੀ ਤਰੀਕਾ ਹੈ ਤੁਸੀਂ ਕੋਈ ਐਸਾ ਬੰਦਾ ਲੱਭੋ ਜਿਹੜਾ ਤੁਹਾਡੇ ਦੁਸ਼ਮਣ ਦਾ ਪੁੱਤਰ ਹੋਵੇ ਤੁਸੀਂ ਆਪਣੀ ਭਤੀਜੀ ਨਾਲ ਵਿਆਹ ਦਿਓ ਉਹ ਪਹਿਲੇ ਮਰ ਜਾਏਗਾ ਉਸ ਤੋਂ ਬਾਅਦ ਤੁਸੀਂ ਆਪਣੇ ਪੁੱਤਰ ਦਾ ਵਿਆਹ ਆਪਣੀ ਭਤੀਜੀ ਦੇ ਨਾਲ ਕਰ ਸਕਦੇ ਮੈਂ ਤੇਰੀ ਗੱਲ ਸਮਝ ਰਿਹਾ ਜਵਾਨਾ ਓ ਚੌਕੀਦਾਰਾ ਚੌਕੀਦਾਰ ਨਾ ਨਾ ਕਰੋ ਚਾਹ ਨਹੀਂ ਪੀਣੀ ਮੁਝੇ ਸਲਾਈ ਸਤ ਔਰ ਜੂਸ ਲਾ ਦੋ ਅੰਡਾ ਲਾ ਦੋ
ਸੌਰੀ ਜਾਨੂ। ਹੁਣ ਸੌਰੀ, ਹੁਣ ਤੈਨੂੰ ਪਤਾ ਲੱਗਣਾ ਜਦੋਂ ਤੇਰੇ ਛਿਛੜੇ ਕੰਨਾਂ 'ਚ ਵੱਜਣੇ ਆ ਤੇ ਉਹਦੇ ਮੂੰਹ 'ਚੋਂ ਝੱਗ ਨਿਕਲ ਜਾਣੀ ਆ। ਚੱਲ ਕੁੱਲਾ ਫੜ, ਕੁੱਲਾ ਫੜ, ਕੁੱਲਾ ਫੜ, ਫੜ ਕੁੱਲਾ। ਓਏ ਹੈਂ ਬੇਗਮ ਸਾਹਿਬਾ, ਹੈਂ ਹੁਣ ਵੇਖੀ ਕਾਕੀ ਤੂੰ ਬੱਚੇ ਇੰਜ ਦੇਣੇ ਆ ਜਿਵੇਂ ਕੁੱਕੜੀ ਆਂਡੇ ਦਿੰਦੀ ਹੈ। ਜਾਨ ਵੋ ਪੁਰਾਨੀ ਬਾਤੇਂ ਹੈਂ। ਅੱਛਾ ਹਾਂਜੀ, ਲੈ ਵੋ ਜਾ ਹੁਣ ਜਾਨ, ਉਦੋਂ ਮਾਫੀਆ ਮੰਗਵਾਉਂਦੀ ਸਾ ਮੇਰੇ ਕੋਲੋਂ। ਤੇਰਾ ਵੀ ਹੱਲ ਕਰਨੇ ਆ, ਬਿਜਲੀ ਦੇ ਝਟਕੇ ਨਾ ਤੇਰੇ ਕੋਲੋਂ ਬੱਚੇ ਜਮਵਾਉਣੇ ਆ। ਮੈਂ ਉਹ ਬਾਹਰ ਆਓ ਕੰਜਰੋ, ਭਾਈ ਤੁਸੀਂ ਯਾਦ ਕੀਤਾ ਇੱਧਰ ਵੇਖ। ਓਏ ਕੀ ਕੀਤਾ ਨੌਕਰ ਆਦਮੀ, ਉਹ ਮੇਰੇ ਛਾਪੇ 'ਚ ਹੱਥ ਮਾਰਿਆ। ਕਿਹੜਾ ਨੌਕਰ, ਉਹ ਕਿਹੜਾ ਕੀ ਹੋਇਆ, ਕਿਹੜਾ ਨੌਕਰ, ਮਾਲਕ ਕਹਿ ਮਾਲਕ, ਇਹਨਾਂ ਮੈਂ ਵਿਆਹ ਕੀਤਾ। ਚਲੋ 400 'ਚ ਦੇ ਦਾ, ਮੇਰੇ ਕੋਲ ਹੀ ਆ ਨਾ, ਜਿੰਨੀ ਮਰਜ਼ੀ ਕੰਮ। 400 'ਚ ਕੀ ਹੋਇਆ, ਗੁੱਤ ਤੇ ਥੱਲੇ ਲੱਗਾ ਹਲਕਾ ਜਿਹਾ, ਇੰਜ ਕਰੇ। ਅੱਛਾ, ਕੱਲੀ ਨਾ ਛੱਡੀ, ਮਿੱਠੀ ਖਾਣ ਲੱਗ ਪੈਂਦੀ ਹੈ। ਕੱਲੀ ਬਿਲਕੁਲ ਨਾ ਛੱਡੀ, ਇਹ 'ਚ ਬਾਬੇ ਆਉਂਦੇ ਐਬਟਾਬਾਦ ਵਾਲੇ ਪਾਸਿਓਂ, 8-8 ਦਿਨ ਵਾਪਸ ਜਾਣ ਦਾ ਨਾਂ ਹੀ ਲੈਂਦੇ। ਇਹਦਾ ਖਿਆਲ ਰੱਖੀ ਯਾਰ, ਮੈਨੂੰ ਤਾਂ ਗੁੱਸਾ ਚੜਾਇਆ ਨਾ ਤੇ ਮਾਂ ਜੂਏ 'ਚ ਹਾਰ ਜਾਣੀ ਹੈ। ਨਾ ਮੇਰੇ ਜੋਗੀ ਛੱਡੀ, ਨਾ ਆਪਣੇ ਜੋਗੀ ਛੱਡੀ। ਮੈਂ ਨੌਕਰ, ਮੈਨੂੰ ਕਹਿੰਦਾ ਸੀ ਮਾਫੀਆ ਮੰਗਦਾ। ਆਹੋ ਚੱਲ ਅੰਦਰ। ਰਾਮ ਨਾਲ ਕਿਹੜਾ ਰਾਮ ਨਾਲ, ਚੱਲ ਕੀ ਖਾਣਾ ਪੀਣਾ, ਹਾਂ ਕੀ ਖਾਣਾ ਪੀਣਾ, ਜਾ ਨਹੀਂ ਖਾਂਦਾ ਕੀ ਕਰੇਗਾ ਮੇਰਾ, ਉਹ ਕਰੇਗਾ ਕੀ, ਹੁਣ ਨਹੀਂ ਨੌਕਰ ਘਰ ਦਾ ਮਾਲਕ, ਐ ਚੱਲ ਇਹਨੂੰ ਭਰਾ ਕਹਿ। ਤੂੰ ਸਵੇਰੇ 9 ਵਜੇ ਨਾਸ਼ਤਾ ਲੈ ਕੇ ਆਉਣਾ। 9 ਵਜੇ ਲਾਸ਼ ਵੀ ਲੈ ਕੇ ਆਉਣਾ, ਉੱਠੇ ਮੈਂ ਲਿਆਵਾਂਗਾ। ਬੜਾ ਪ੍ਰੈਸ਼ਰ ਆ ਵੀ ਇਸ ਔਰਤ ਦਾ, ਕਿਆ ਘੁੰਮਾ ਅੰਦਰ ਸੁੱਟੇ। ਇੱਧਰ ਨੂੰ, ਤੂੰ ਆਪ ਹੀ ਕਿਹਾ ਸੀ ਮੈਂ ਇੱਧਰ ਉੱਧਰ ਹੋਵਾਂ ਤੇ ਤੂੰ ਲੋਕੇਸ਼ਨ ਤੇ ਪਹੁੰਚ ਜਾਈ। ਸੁਣੋ, ਮੈਂ ਸਲਾਮੀ ਦੇਣੀ ਹੈ, 1000 ਰੁਪਈਆ ਤੇਰੇ ਕੋਲ ਹੈ ਤੇ ਤੂੰ ਤੇ ਲੈਣਾ ਹੀ 100-50। ਉਹ ਬਾਹਰ ਇੱਕ ਬੰਦਾ ਆਇਆ, ਪਤਾ ਨੀ ਕੌਣ ਹੈ, ਮੈਨੂੰ ਸਮਝ। ਅੱਛਾ ਕੌਣ, ਕੌਣ ਬੰਦਾ ਪਹਿਲੀ ਵਾਰ ਮੈਂ ਕਿਸਰ ਮੇਲੀ ਗੱਲ ਨਾ ਸੁਣੀ ਓਏ। ਥੱਕ ਗਿਆ ਤੈਨੂੰ ਮੈਂ, ਕਿੱਥੇ ਆ ਤੂੰ ਅੱਬਾ ਜੀ? ਮੈਂ ਇੱਥੇ। ਉਹ ਤੈਨੂੰ ਕਿੱਥੇ ਆ, ਕੀ ਗੱਲ ਆ? ਸੁਣ ਕੇ ਖੁਸ਼ੀ ਹੋਏਗੀ ਤੁਹਾਨੂੰ, ਕੀ ਹੋਇਆ, ਤੁਹਾਡੇ ਪੁੱਤਰ ਨੇ ਵਿਆਹ ਕਰ ਲਿਆ। ਡੈਡ
ਜਾ ਲਓ ਸਾਫ ਕਰ ਜਾ ਕੇ। ਓਏ ਵਿਆਹ ਕਰ ਲਈ, ਓਏ ਆਪਣੀ ਮਰਜ਼ੀ ਨਾਲ ਵਿਆਹ ਕਰ ਲਈ, ਓ ਵਿਆਹ ਕਰਕੇ ਤੂੰ ਆਪਣੇ ਪਿਓ ਦਾ ਮੂੰਹ ਕਾਲਾ ਕਰਾਤਾ ਹੈ। ਤੇ ਅੱਬਾ ਜੀ ਏਡਾ ਚਮਕਦਾਰ ਵੀ ਚੰਗਾ ਨਹੀਂ ਸੀ ਉਹ ਚੌਧਰੀ ਚਿੱਟਾ ਬਰਾਦਰੀ ਵਾਲਾ, ਆਪੇ ਵਿਆਹ ਕਰ ਲਿਆ। ਵੇਖ ਲਓ ਮੁੰਡੇ ਨੇ ਕੀ ਕੀਤਾ ਜੀ, ਸਾਡੀ ਜਗੀਰ ਰੋਲ ਦਿੱਤੀ, ਅਸੀਂ ਦੁਨੀਆ ਨੂੰ ਮਾਲੋ ਮਾਲ ਕਰਤਾ। ਦੁਨੀਆ ਨੂੰ ਮਾਲੋ ਮਾਲ? ਹਾਂ, ਮੈਨੂੰ ਵੀ ਮਾਲੋ ਮਾਲ ਕਰਦੇ ਹੋ ਕਾਕਾ? ਮਾਲੋ ਮਾਲੋ ਨਹੀਂ। ਹਾਂ, ਉੱਠ ਫਿਰ ਜੀ, ਬੂਆ ਖੋਲ ਗੇਟ, ਨਿਕਲ ਤੇ ਮਾਲੋ ਮਾਲ। ਵੇਖ ਮੈਂ ਕਦੇ ਕਦੇ ਲਾਹੌਰ ਆਉਣਾ, ਲੇਕਿਨ ਮੈਨੂੰ ਕਿੰਨਾ ਪਤਾ ਹੈ। ਹਾਂਜੀ ਬਾਈ। ਓ ਤੂੰ ਕੀ ਕੀਤਾ, ਓਏ ਕਿਹੜੇ ਰੰਗ ਦਾ ਸੂਟ ਪਾ ਲਿਆ ਜੀ, ਦਹੀਂ ਚ ਮਿਰਚਾਂ ਪਾਈਆਂ ਹੁੰਦੀਆਂ ਹੈ। ਓ ਵਿਆਹ ਕਰ ਲਿਆ ਜ਼ਾਲਮਾ, ਓ ਮੈਂ ਅੱਧੇ ਪਿੰਡ ਨੂੰ ਸਲਾਮੀਆਂ ਦਿੱਤੀਆਂ, ਓ ਸਾਰੀਆਂ ਸਲਾਮੀਆਂ ਵਾਪਸ ਆਉਣੀਆਂ ਸੀ, ਓ ਤੂੰ ਆਪੇ ਵਿਆਹ ਕਰ ਲਿਆ। 10-10 ਰੁਪਏ ਬਾਦ ਉਹਦੇ ਤੇ ਯਾਰ ਜਾਣ ਦੇ ਯਾਰ। ਓ ਕਿਉਂ ਮੇਰੇ, ਓ ਮੇਰੇ ਘਰ ਤੂੰ ਕਿਉਂ ਜੰਮ ਪਿਆ, ਓ ਚੂਹਿਆਂ ਕੋਲੋਂ ਖੋ ਕੇ ਛੱਲੀਆਂ ਖਾਣ ਵਾਲਿਆ, ਓ ਕਿਉਂ ਜੰਮ ਪਿਆ ਤੂੰ ਮੇਰੇ ਘਰ? ਹੈ ਵਿਆਹ ਕਿਹਦੇ ਨਾਲ ਕਰ ਲਈ? ਓ ਪਹਿਲਾਂ ਦੇ ਖਾਨਦਾਨ ਕੀ? ਓ ਕਿਤੇ ਗਾਉਣ ਨੱਚਣ ਵਾਲੇ ਤਾਂ ਨਹੀਂ? ਓ ਨਹੀਂ ਅੱਬਾ ਜੀ, ਓ ਚੌਧਰੀ ਆ, ਮੈਂ ਵੀ ਦੱਸਦਾ ਕਿ ਅਸੀਂ ਮਸਾਲੀ ਆ। ਮੈਂ ਵੇਖ ਲੈਣਾ, ਪਤਾ ਨੀ ਕੀ ਖਾਨਦਾਨ। ਉਹ ਕੀ ਹਾਲ ਆ ਪੁੱਤ, ਠੀਕ ਆ? ਹੈ ਅਦਰ ਮੂੰਹ ਤਾਂ ਵਿਖਾਇਆ, ਇਹ ਤੇ ਜਾਣਦੀ ਮੈਨੂੰ। ਮੇਰਾ ਮਤਲਬ ਆ, ਚੀਕ ਕਿਉਂ ਮਾਰੀ ਉਹਨੇ ਮੈਨੂੰ ਵੇਖ ਕੇ? ਤੂੰ ਡਰੀ ਕਿਉਂ? ਉਹ ਮੇਰਾ ਆਬਾ ਉਂਜੀ ਇਹਦਾ ਮੂੰਹ ਭੱਬੂ ਕੁੱਤੇ ਵਰਗਾ। ਮੇਰੇ ਮਾਮਾ ਸਾਹਿਬ ਨੇ ਉਹ ਪਿਓ ਨੂੰ ਕੀ ਕਹਿ ਰਿਹਾ, ਖੁਰਕਲੀਏ ਕੁੱਤੀਏ, ਮੈਨੂੰ ਬੱਚੀ ਪਸੰਦ ਆਈ ਆ। ਹੋਰ ਪੁੱਤ ਠੀਕ ਹੋ ਜੀ? ਇਹਦੀ ਵਜ੍ਹਾ ਨਾਲ ਤੈਨੂੰ ਮੈਂ ਛੱਡਦਾ, ਜੇ ਤੇਰੀ ਮੈਂ ਲੱਤਾਂ ਤੋੜਨੀ ਆ, ਆਪੇ ਤੂੰ ਵਿਆਹ ਕਰ ਲਿਆ ਹੈ, ਉਹ ਤੇ ਬਰਾਦਰੀ ਸਾਰੀ ਉਡੀਕਣ ਡਈ ਮੈਨੂੰ ਤੇ ਤੈਨੂੰ। ਓ ਅੱਬਾ ਜੀ ਨੂੰ ਮੈਂ ਚੱਲ ਮੇਰੇ ਨਾਲ। ਕਿੱਥੇ ਚੱਲ ਪੁੱਤ? ਚੱਲੀ ਅਸੀਂ ਪਿੰਡ। ਕਿੱਥੇ ਪਿੰਡ? ਪਿੰਡ ਜਾਣਾ। ਓ ਅੱਬਾ ਤੂੰ ਇਹਨਾਂ ਲੋਕਾਂ ਨੂੰ ਜਾਣਦਾ ਨਹੀਂ। ਇਹ ਮੈਨੂੰ ਨਹੀਂ ਜਾਣਦੇ। ਫਿਰ ਕੀ ਆ? ਹੈ ਕਿਹੜੇ ਲੋਕ? ਓਏ ਆ ਜਿਹੜੇ ਨੇ, ਓਏ ਕਿਹੜੇ ਲੋਕ? ਚੱਲ ਓਏ, ਕੀ ਬਦਤਮੀਜ਼ੀ ਕਰਦੇ ਆ, ਇਹ ਕਿਹਨੂੰ ਬੁਲਾ ਲਿਆ ਇੱਥੇ? ਕਿਹਨੂੰ? ਬਦਤਮੀਜ਼ੀ, ਚੱਲ ਬਾਹਰ ਨਿਕਲ, ਉਹਦਾ ਵਿਆਹ ਹੋਇਆ ਬਲਾ। ਪਹਿਲੇ ਮੈਂ ਕਿਹਾ ਸੀ ਕਿ ਮੰਗਣ ਵਾਲਿਆਂ ਨੂੰ ਬਾਹਰ ਦਿਆ ਕਰ, ਸਦਕਾ ਬਾਹਰ ਦੇ। ਬਾਹਰ ਨਿਕਲ ਭਾਈ, ਉਹ ਬਾਹਰ ਨਿਕਲ। ਓਏ ਕੌਣ ਹੈ ਉਹ ਬਲੈਕ ਐਂਡ ਵਾਈਟ ਫਿਲਮਾਂ 'ਚ ਮੱਝਾਂ ਚੋਰੀ ਕਰਨ ਵਾਲਾ? ਰੂੜੀ ਚੋਂ ਲੱਭ ਕੇ ਜੂਸ ਪੀਣ ਵਾਲਾ, ਮੇਰੀ ਮਾਂ ਨੇ ਇਹੋ ਹੀ ਮੂੰਹ ਤੇ ਕਰਾਇਆ। ਇਹ ਕਾਲਾ ਤੂੰ ਚਿੱਟਾ, ਤੇਰੀ ਮਾਂ ਨੂੰ ਕੋਈ ਕ੍ਰਾਸ ਪੈ ਗਿਆ ਸੀ? ਚੋਰੀ ਛੱਡ ਗੱਲਾਂ, ਆ ਕਮਾਲ ਦਾ ਐਕਸਪ੍ਰੈਸ ਨਹੀਂ ਸੀ ਆਉਂਦੇ ਮੇਰੀ ਤਾਂ ਡਿਸ਼ ਗੋਲੀ ਖਾਣੀ ਤੁਸੀਂ? ਉਹ ਪੁੱਤ ਕੀ ਆ ਰਿਹਾ ਆ? ਚੰਗੀ ਹਾਂ, ਓਏ ਗਾਟਨ, ਤੇਰੇ ਪੁੱਤ ਨੇ ਵਿਆਹ ਕੀਤਾ, ਤੇ ਮੈਂ ਵਿਆਹ ਕਹਲੇ ਪਿਆ ਸੀ, ਵਿਆਹ ਕਰੇ ਤਾਂ ਕੋਈ ਤੇਰਾ ਰਿਸ਼ਤੇਦਾਰ ਇੱਥੇ ਨਾ ਆਏ। ਬਹੁਤ ਅੱਛੇ, ਖੁਸ਼ੀ ਦਾ ਮੌਕਾ, ਉਹ ਮੇਰਾ ਵਿਆਹ ਹੋਵੇ ਤੇ ਮੇਰੇ ਵਾਲ ਸਾਹਿਬ ਨਾ ਇਹ ਆਏ ਕਦ ਲਈਏ। ਮੈਂ ਆਪਣੇ ਪੁੱਤ ਨੂੰ ਲੈਣਾ ਹੈ, ਚੱਲ ਪੁੱਤ। ਹੈ ਵਾ, ਚੱਲ ਇਹਨੂੰ ਖਾਣਾ ਛਾਣਾ ਖਵਾ ਦੇ, ਕੱਢ ਕੇ ਫਟਾਫਟ। ਚੱਲ ਚੱਲ ਅਸੀਂ ਨਾ ਘਰ ਪੁੱਤ ਨਾਲ। ਹੈ ਮੈਂ ਆਪਣੇ ਉਹ ਠਹਿਰ ਛੱਡੀ ਤੇ ਦੇ ਠਹਿਰ। ਤੁਹਾਡੇ ਲੋਕ ਦਾ ਗਰੀਬ ਆਦਮੀ ਹੋ ਤੁਸੀਂ, ਗਰੀਬ ਕਿਹਾ ਚੋਰੀ? ਓਏ ਚਿੱਟਿਆ, ਪਹਿਲਾਂ ਫੜ ਲੱਖ ਰੁਪਇਆ,
ਤੇ ਚੁੱਪ ਕਰਕੇ ਆਪਣੇ ਪਿੰਡ ਚਲੇ ਜਾ, ਤੇਰੇ ਪੁੱਤਰ ਦਾ ਵਿਆਹ ਹੋ ਗਿਆ ਜਾ ਕੇ। ਪੈਸੇ ਵਿਖਾਣਾ ਚੌਧਰੀ ਚਿੱਟੇ ਨੂੰ, ਪੈਸੇ ਵਿਖਾਣਾ ਹਜ਼ਾਰ ਹਜ਼ਾਰ ਵਾਲੇ ਨੋਟ ਉਹ ਦਸਾਂ ਦਸਾਂ ਵਾਲੇ ਦੇ। ਘੋੜੇ ਤੇ ਬਹਿ ਕੇ ਮੰਡੀ ਢਾਬਾ ਜਾਣ ਵਾਲੇ ਆ ਚੌਕੀਦਾਰਾ, ਝੂਟੇ ਦੇਣੇ ਕਾਲਾ ਦਾ ਡਾਂਗ ਫੜ ਕੇ ਲੋਤਾ ਨਾ ਜੀ ਜੈ ਸਾਹਿਬ, ਬਗੈਰ ਪੁੱਛੇ ਨੇ ਸਿਰ 'ਚ ਗੋਲੀ ਮਾਰ ਕੇ ਮੁਗਨੈਲ ਕੱਢਦੇ ਸਾਰਾ ਇੱਥੇ। ਤੈਨੂੰ ਵੀ ਗੋਲੀ ਮਾਰ ਦਿਆਂਗਾ, ਤੈਨੂੰ ਵੀ ਗੋਲੀ ਮਾਰਾਂਗਾ। ਮੈਨੂੰ ਨਾ ਗੋਲੀ ਮਾਰੀ ਓਏ, ਉਹ ਕਿਉਂ? ਉਹ ਮੈਂ ਪਹਿਲੇ ਖਾ ਬੈਠਾ ਤੇ ਮੈਨੂੰ ਵੀ ਗੋਲੀ ਨਾ ਮਾਰੀ। ਉਹ ਕਿਉਂ? ਮੇਰੇ ਕੋਲ ਇੱਕੋ ਹੀ ਕੁੜਤਾ ਹੈ। ਹੈਂ? ਓਏ ਗੱਲ ਸੁਣ ਨੌਕਰਾ, ਜੇ ਤੇਰਾ ਪਿਓ ਇੱਥੇ ਆ ਗਿਆ ਨਾ, ਇਹਨੂੰ ਕੋ ਸਵੇਰ ਤੱਕ ਇੱਥੇ ਦੇਵੇ ਤੇ ਸੂਰਜ ਨਿਕਲ ਤੋਂ ਪਹਿਲੇ ਨਿਕਲ ਜਾਵੇ, ਨਹੀਂ ਮੈਂ ਗੋਲੀ ਮਾਰ ਦਿਆਂਗਾ। ਸੂਰਜ ਨਿਕਲ ਤੋਂ ਪਹਿਲਾਂ ਜੇ ਬਦਲ ਰਹੇ ਸੀ ਫਿਰ ਮੈਂ ਇੱਥੇ ਫਸਿਆ ਰਹਾਂ। ਓਏ ਮੈਂ ਕਹਿ ਰਿਹਾ ਚੌਧਰੀ, ਓਏ ਲੱਗੇ ਦੁੱਧ ਦੀ ਬਰਫੀ ਖਾਣ ਵਾਲਿਆ, ਤੂੰ ਜਾਣਦਾ ਨਹੀਂ ਤੇਰੇ ਪੁੱਤਰ ਦਾ ਵਿਆਹ ਹੋਇਆ ਤੇ ਮੈਂ ਕਰਾਇਆ ਹੀ ਵਿਆਹ, ਮੈਂ ਕੋਈ ਗੋਲੀਆਂ ਕੋ ਡਰਦਾ ਨਹੀਂ ਜੀ ਅੱਬਾ ਜੀ, ਮੇਰੇ ਪੁੱਤਰ ਦਾ ਵਿਆਹ ਹੋਇਆ ਹਾਂਜੀ, ਇਸ ਗੱਲੋਂ ਮੈਂ ਇੱਥੇ ਰਹਿ ਚੱਲਿਆ, ਮੈਂ ਡਰਦਾ ਨਹੀਂ ਗੋਲੀਆਂ ਕੋ। ਅੱਛਾ ਜੀ ਗੱਲ ਆ, ਚੱਲ ਪੁੱਤਰ ਚੱਲ ਨਹੀਂ ਸਪੀਡ ਤੋਂ ਪੁੱਤਰ। ਹਾਂਜੀ, ਤੇਰਾ ਪਿਓ ਤੇਰੇ ਨਾਲ ਨੀ ਰਹੇਗਾ, ਤੈਨੂੰ ਘੋੜਿਆਂ ਦੇ ਸਫਲ ਤੇ ਸਵਾਰ। ਓਏ ਆਪਣੇ ਆਪੇ ਨੂੰ ਨਾਲ ਨਾ ਲੈ ਜਾਈਏ। ਕਿਉਂ? ਇਹਨਾਂ ਵੇ ਤੇਰੀ ਮਸੇਰੀ ਚ ਵੀਡੀਓ ਬਣਾਉਣ ਲੱਗ ਪਏ। ਉਹ ਚੱਲ ਪੁੱਤ, ਓਏ ਚੱਲ ਅੰਦਰ, ਪਤਾ ਨਹੀਂ ਕੌਣ ਕੌਣ ਆ ਜਾਂਦਾ ਸਾਨੂੰ ਤੇ ਇਹ। ਹਾਂਜੀ ਹਾਂਜੀ, ਮੈਂ ਗੱਲ ਕਰਾ ਰਿਹਾ। ਹਾਂਜੀ ਹਾਂਜੀ, ਇਹ ਤੁਹਾਡਾ ਫੋਨ ਸਰ। ਅੱਛਾ, ਤੁਸੀਂ ਕਿੱਧਰ ਆਏ? ਹੈਲੋ ਕਰਨਾ, ਗੱਲ ਕਰਨੀ ਹੈ। ਅੱਛਾ ਹੈਲੋ, ਆ ਬਸ ਦੇ ਦਿਓ। ਇਹ ਕੌਣ ਸੀ? ਜਿਹੜੇ ਬੱਚੇ ਬਗੈਰ ਨਿਕਾਹ ਤੋਂ ਉਹਨਾਂ ਦੀ ਮਰਦਮਸ਼ੁਮਾਰੀ ਹੋ ਰਹੀ ਬਾਹਰ, ਯਕੀਨ ਕਰੋ ਲੱਗਦਾ ਤੁਸੀਂ ਮੈਨੂੰ ਪਛਾਣਿਆ ਨਹੀਂ। ਫਿਲਮ ਦੇਖੀ ਤੇਰੇ ਨਾਮ? ਇਹ ਕਿਹੜੀ ਫਿਲਮ? ਤੇਰੇ ਨਾਮ ਹਾਂ ਦੇਖੀ, ਉਹ ਪਹਿਲੇ ਮੇਰੇ ਨਾਮ ਸੀ। ਮੈਨੂੰ ਪਛਾਣਿਆ? ਆ ਨਹੀਂ, ਤੇਰਾ ਮੂੰਹ ਹੀ ਥੱਲੇ ਸੀ। ਤੇ ਤੂੰ ਆਪਨੇ ਇਹ ਜੋ ਇਹ ਲੇਡੀਜ਼ ਪਾਇਆ ਉਹ ਅੱਜ ਮੇਰਾ ਪਾ ਗਈ। ਅੱਛਾ ਜੀ, ਸਮਝ ਨਹੀਂ ਆ ਰਹੀ ਫਾਈਨ ਮੁਲਕ ਤੇ ਤੇ ਇਹਦੇ ਚ ਕੀ ਪਲੰਬਰ ਹੋ? ਮੈਡਮ ਮੇਰੇ ਨਾਲ ਨੇ, ਮਹਿਕਮਾ ਜ਼ਰਾਤ ਦੀ ਤਰਫੋਂ ਆਏ ਆ। ਨਾਲ ਕੌਣ ਹੈ? ਤੁਸੀਂ ਕੌਣ ਹੋ? ਮੈਂ ਅੱਲਾ ਦਾ ਬੰਦਾ। ਮੈਨੂੰ ਮਿਲੋ। ਤੁਸੀਂ ਕੌਣ? ਤੁਹਾਡੀ ਭੈਣ ਦਾ ਬੰਦਾ। ਮੈਡਮ ਮੇਰੇ ਨਾਲ ਨੇ, ਮਹਿਕਮੇ ਦੀ ਤਰਫੋਂ ਆਏ ਆ। ਮੈਡਮ ਨਾਲ? ਮੈਡਮ ਨਾਲ ਨੇ, ਉਹਨਾਂ ਨੂੰ ਲਿਆ ਤੇ ਇਸ ਮਾਰਕੀਟ ਚ ਸੁੱਟ। ਬੋਰ ਹੋ ਰਹੇ ਨੇ ਦੋਸਤ। ਮੈਡਮ ਚੱਲ, ਜਿੰਨੀ ਦੇਰ ਤੱਕ ਮੈਡਮ ਨੀ ਨਾ ਆਉਂਦੇ ਤੂੰ ਤੇਰਾ ਦੋ ਮਿੰਟ ਆ, ਤੇਰੇ ਨਾਲ ਜ਼ਰਾ ਨਾ ਗੱਲ ਕਰ। ਦੂਧ ਮੱਖਣੋਂ ਸੇ ਟੋਟਲ ਪਲੀ। ਥੈਂਕ ਯੂ। ਐ ਪੈਰਾ ਜੀ, ਪੈਰਾ ਜੀ ਫਿਸ਼ ਬੰਨੀ ਤੁਸੀਂ? ਤੁਮੇ ਸ਼ਰਗੇ? ਨਹੀਂ ਤੋ ਆਪ ਕੌਣ? ਤੁਮਨੇ ਕੁਛ ਹੀ ਨਹੀਂ ਪਹਿਚਾਨਾ? ਨਹੀਂ ਤੋ ਮੈਂ ਮਹਿਕਮਾ ਜ਼ਰਾਤ ਕੀ ਤਰਫ ਸੇ ਆਈ ਹੂੰ। ਤੋ ਕਰਤੀ ਕਿਆ ਹੈ? ਮੈਂ ਕੀੜੇ ਮਾਰਤੀ ਹੂੰ, ਤੁਮਨੇ ਆਪਣਾ ਕੀੜਾ ਮਰਵਾਨਾ ਹੈ? ਆਪਕੇ ਪਾਸ ਕੀੜੇ ਮਾਰਨੇ ਵਾਲੀ ਮੈਡੀਸਨ ਹੈ? ਜੀ 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 ਜੀ। ਕੋਈ ਉਹ ਮੈਡੀਸਨ ਦਿਓ ਜਿਹਦੇ ਨਾਲ ਕੀੜਾ ਹੋਸ਼ ਫੜੇ। ਜੇ ਕੀੜਾ ਹੋਸ਼ ਪਕੜਦਾ ਹੈ ਨਾ ਤਾਂ ਫਿਰ ਬਹੁਤ ਤੰਗ ਕਰਦੇ, ਇਸ
ਨਹੀਂ ਮੇਰੇ ਪਾਸ ਪੂਰਾ ਇੰਤਜ਼ਾਮ ਹੈ। ਅੱਛਾ ਅੱਛਾ ਅੱਛਾ। ਤੋ ਮੈਡਮ ਜੀ ਸਿਕਿਉਰਿਟੀ ਗਾਰਡ ਹੈ ਤੇ ਮੂੰਹ ਨਾ ਲੱਗੋ। ਮੈਂ ਮੂੰਹ ਲੱਗਣਾ ਵੀ ਨਹੀਂ ਚਾਹਦੀ, ਤੁਮੇ ਪਤੇ ਗੁਨਾਹ ਹੋਤੇ ਹੈ। ਨਹੀਂ ਉਹ ਮੁਸਲਮਾਨ ਹੈ। ਹਾਂ ਬਿਲਕੁਲ ਆਫ ਕੋਰਸ। ਲੱਗਣਾ ਕਿਹਦੀ ਚਾਹੀਏ? ਨਾਮ? ਪਿਛਲੀ। ਇੱਕ ਪਾਰ ਵਾਲਾ ਪੱਖਾ ਚਲਾ ਲਓਗੇ? ਬਦਤਮੀਜ਼, ਉਹ ਕੌਣ ਸਾ ਪੰਖਾ ਹੈ? ਹਲਕੀ ਜੀ ਠੰਡ ਆ ਰਹੀ ਹੈ ਨਾ, ਦੋ ਪਾਰ ਲਾ ਕੇ ਥੱਲੇ ਲਾਤੇ ਨੇ। ਅੱਛਾ ਅੱਛਾ। ਤੋ ਆਪ ਯਹਾਂ ਪੇ ਕੀੜੇ ਮਾਰ। ਜੀ ਜੀ, ਆਪ ਅੰਦਰ ਜਾ ਕੇ ਆਪਣਾ ਕੰਮ ਕਰਿਓ, ਕਿਸੇ ਸਮਝਦਾਰ ਬੰਦੇ ਕੋ ਭੇਜੇ। ਚੌਧਰੀ ਅਕਬਰ ਸਾਹਿਬ ਦਾ ਜੀ, ਆਪ ਆਪਣਾ ਸਟਕਾ ਦੇ, ਬਹੁਤ ਖੂਬਸੂਰਤ ਹੈ। ਥੈਂਕ ਯੂ। ਦੂੰਗੀ ਦੂੰਗੀ, ਕਿਉਂ ਨਹੀਂ ਦੂੰਗੀ। ਇਧਰ ਇੱਕ ਗਾਰਡ ਹੁੰਦਾ ਹੈ, ਜੱਟ ਕੋ ਨਾ ਉਸ ਕੋ ਇੱਕ ਜੱਫੀ ਡਾਲ। ਜਾਓ, ਤੁਮੇ ਕਿਸ ਲਈ ਰੱਖਾ ਹੋਵੇ ਮੈਨੇ? ਤੁਸੀਂ ਮੂੰਹ ਲਾ ਦਿਓ ਮੈਡਮ। ਆਈ ਲਵ ਯੂ ਟੂ। ਤੁਮੇ ਕਹਿ ਰਹੇ? ਤੁਮੇ ਤਲਾਕ ਦੀ ਮੈਨੇ ਤੁਝੇ। ਉਠਾਓ ਆਪਣਾ ਮੁੰਡਾ, ਨਿਕਲੋ। ਓਏ ਚੌਕੀਦਾਰਾ, ਓਏ। ਅਸਲਾਮ ਅਲੈਕੁਮ ਸਰ। ਵਾਲੇਕੁਮ ਅਸਲਾਮ। ਹਾਊ ਆਰ ਯੂ? ਆ ਅੱਛਾ ਅੱਛਾ। ਹੋਰ ਹਾਊ ਆਰ ਯੂ? ਯਾ 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 ਯਾ। ਆਪਕੋ ਵੀ ਸ਼ੌਕ ਹੈ ਯਾ ਯਾ ਕਾ? ਤੁਹਾਡੇ ਤੋਂ ਜ਼ਿਆਦਾ ਤੇ ਨਹੀਂ ਨਾ ਹੈਗਾ। ਸਰ, ਆਪਨੇ ਕਭੀ ਆਪਣਾ ਮਾਊਸ ਦੇਖਾ? ਮੈਂ ਤੇ ਨਹੀਂ ਦੇਖਿਆ, ਤੁਸੀਂ ਦੇਖਣਾ? ਆਪ ਇਤਨੇ ਬੜੇ ਹੋ ਗਏ, ਅਭੀ ਤੱਕ ਆਪਨੇ ਆਪਣਾ ਮਾਊਸ ਹੀ ਨਹੀਂ ਦੇਖਾ? ਦੇਖੋ, ਮੈਨੂੰ ਨਹੀਂ ਨਾ ਜ਼ਰੂਰਤ ਪੈਂਦੀ। ਅੱਛਾ, ਜ਼ਰੂਰਤ ਤੇ ਉਹਨੂੰ ਹੈ ਜਿਹਨੇ ਕੰਪਿਊਟਰ ਚਲਾਉਣਾ ਹੈ, ਮਾਊਸ ਤੇ ਉਹਨੇ ਫੜਨਾ ਹੁੰਦਾ। ਅੱਛਾ ਅੱਛਾ ਅੱਛਾ। ਮੈਨੂੰ ਕੰਪਿਊਟਰ ਚਲਾਉਣ ਦੀ ਜ਼ਰੂਰਤ ਹੀ ਨਹੀਂ, ਮੈਂ ਜ਼ਰਾ ਅਨਪੜ੍ਹ ਆਦਮੀ ਹਾਂ। ਅੱਛਾ, ਆਪਨੇ ਕਭੀ ਕੰਪਿਊਟਰ ਚਲਾਇਆ ਹੀ ਨਹੀਂ? ਨਹੀਂ ਨਹੀਂ, ਵੈਸੇ ਮਾਊਸ ਕੰਮ ਬਹੁਤ ਕਰਦਾ ਹੈ। ਹਾਂ ਜੀ, ਮੇਰੀ ਵੀ ਮੂੰਹ ਬਹੁਤ ਹੈਲਪ ਕਰਤੇ ਹੈ, ਜਬ ਮੈਂ ਕੰਪਿਊਟਰ ਆਨ ਕਰਤੀ ਹੂੰ ਨਾ, ਤੋ ਐਸੀ ਐਸੀ ਜਬ ਮੈਂ ਮਾਊਸ ਕੋ ਕਰਤੀ ਹੂੰ, ਮੁਝੇ ਬਹੁਤ ਮਜ਼ਾ ਆਤਾ ਹੈ। ਦੇਖ ਲੋ ਵੀ ਮਾਊਸ ਨੂੰ ਐਂਜੇ ਜੀ ਕਰਨਾ, ਦੇਖੋ ਮਾਊਸ ਨੂੰ ਵੀ ਫਿਰ ਐਂਜੇ ਜੀ ਕਰਨਾ। ਨਹੀਂ, ਮੇਰਾ ਮਾਊਸ ਐਸੇ ਨਹੀਂ ਕਰਤਾ, ਲੇਕਿਨ ਉਹ ਖੂਮ ਜਾਂਦਾ ਹੈ ਬਹੁਤ ਅੱਛੇ ਤਰੀਕੇ। ਅੱਛਾ ਅੱਛਾ, ਤੁਹਾਡਾ ਵੀ ਮਾਊਸ ਹੈਗਾ? ਹਾਂ ਹਾਂ, ਮੇਰੇ ਪਾਸ ਹੈ। ਤੁਹਾਡਾ ਤੇ ਹੋਣਾ ਹੀ ਨਹੀਂ ਚਾਹੀਦਾ ਮਾਊਸ। ਕਿਉਂ? ਮਾਊਸ ਤੇ ਸਾਡਾ ਹੋਣਾ ਚਾਹੀਦਾ। ਲੋ ਤੋ ਮੈਂ ਆਪਣੇ ਮਾਊਸ ਸੇ ਕਾਮ ਲੇਤੀ ਹੂੰ। ਐਵੇਂ ਨਾ ਗਲਤ ਪਾਸੇ ਗੱਲ ਲੈ ਜਾਇਆ ਕਰੋ, ਮਾਊਸ ਮਾਊਸ ਹੀ ਹੁੰਦਾ ਸੋਹਣਿਆ। ਅੱਛਾ, ਮੇਰੀ ਬਾਤ ਸੁਣੇ, ਆਪਕੀ ਹੌਬੀ ਕਿਆ ਹੈ? ਅੱਛਾ ਅੱਛਾ ਅੱਛਾ, ਤੁਸੀਂ ਇਹ ਕਹਿਣਾ ਚਾਹੁੰਦੇ ਹੋ? ਚਾਰ ਜਮਾਤੇ ਪੜ ਜਾਤੇ ਨਾ, ਕਮ ਸੇ ਕਮ ਆਪਕੋ ਸਮਝ ਹੋਤੀ। ਮੈਂ ਪੁੱਛ ਰਹੀ ਹੂੰ, ਆਪਕੀ ਹੌਬੀ ਕਿਆ ਹੈ? ਦੇਖੇ, ਹੌਬੀ ਜੋ ਹੋਤੀ ਹੈ ਨਾ, ਹੌਬੀ ਪਹਿਲੇ ਤੋਂ ਹੋਤੀ ਹੈ ਛੋਟੀ। ਜਬ ਹੌਬੀ ਕੋ ਛੇੜੇ ਤੋ ਹੌਬੀ ਆਹਿਸਤਾ ਆਹਿਸਤਾ ਬੜੀ ਹੋਤੀ ਜਾਤੀ ਹੈ। ਔਰ ਕਈ ਕਈ ਤੋ ਹੌਬੀ ਐਸੀ ਹੋਤੀ ਹੈ ਕਿ ਹੌਬੀ ਨੂੰ ਬੰਦਾ ਗੌਰ ਨਾਲ ਵੇਖੇ ਤੇ ਹੌਬੀ ਉਹ ਹੌਬੀ ਹੋ ਜਾਂਦਾ ਹੈ। ਵੈਸੇ ਮੁਝੇ ਲੱਗ ਰਿਹਾ ਹੈ ਆਪਕੀ ਹੌਬੀ ਕਾਫੀ ਉਧੜੀ ਪੁਧੜੀ ਪੜੀ ਹੈ। ਸਾਰਾ ਧਿਆਨ ਜੇ ਨਹੀਂ ਕਰਨਾ ਜਦੋਂ। ਇਹ ਕੌਣ ਹੈ? ਇਹਦੇ ਮੂੰਹ ਨਾ ਲੱਗੋ, ਪਿੰਡ ਨੇ ਖੋਤੀਆਂ ਮਾਰੀਆਂ ਨੇ। ਤੁਮੇ ਕਿਸੇ ਪਤਾ ਹੈ? ਖੋਤੀ ਇਹਨਾਂ ਦੀ ਸੀ ਨਾ। ਮੁਝੇ ਪਹਿਲੇ ਹੀ ਤੁਮ ਪਰ ਸ਼ੱਕ ਹੈ ਕਿ ਤੁਮ ਠੀਕ ਨਹੀਂ ਹੋ, ਐਸੇ ਨਹੀਂ ਤੁਮੇ ਲੋਕ ਕੇਕ ਕੇਕ ਬੋਲਤੇ। ਅੱਛਾ ਚਲੇ, ਆਪ ਛੋੜੇ, ਆਪ ਬਤਾਏ ਆਪਕੀ ਹੌਬੀ ਕਿਆ ਹੈ? ਆਪਕੀ ਹੌਬੀ ਹੈ? ਜੀ ਜੀ, ਮੇਰੀ ਤਾਂ ਹੌਬੀ ਹੈ। ਮੁੱਤੇ, ਹੌਬੀ ਦੀ ਜਗ੍ਹਾ ਤੇ ਕੋਈ ਹੌਦੀ ਹੌਬੀ ਹੋਣੀ ਹੈ ਜੀ। ਐਕਸਕਿਊਜ਼ ਮੀ। ਅੱਛਾ, ਮੁਝੇ ਇਹ ਬਤਾਏ ਆਪਕੀ ਜ਼ਮੀਨ ਮੇਂ ਮਸਲਾ ਕਿਆ ਆ ਰਿਹਾ ਹੈ? ਮੈਂ
میں زمین میں بتاتا ہوں آپ کو کیا ہوتا ہے میری زمین میں میری 3 مربع زمین ہے اچھا آپ کی زمین زیادہ گیلی رہتی ہے یا خشک رہتی ہے اگر گیلی رہتی ہے تو پھر میں اس کے اکارڈنگ دوائی دوں گی اور اگر خشک رہتی ہے تو اس کے اکارڈنگ دوں گی نہیں گیلی گیلی تو نہیں رہتی البتہ گھا وغیرہ رہتا ہے اوندے تے تو گناہ ہے نا پگڑے بھی گئے پھل داریاں بھی گئیاں کناں وچ چمکے تے واڑیاں بھی گئیاں کنڈ بھی گئے تے کنڈ واڑیاں بھی گئیاں کہہ کے نہ لوگ سیاڑے او کی بنوں آہا آہا دل نہیں کرتا دانا چکن تک یار سینا بندہ چلے کہتے ہیں تو میں اٹھا لیتی ہوں اٹھا لو جی لیکن زیادہ نیچے ہونا پڑے گا تے کوئی نہیں کوئی نہیں بری ہوندا مڑ کے بندہ سمجھ جاندا لیکن یہ میں 4 تا نہیں اکٹھے نہیں اٹھاؤں گی ایک اٹھاؤں گی نہیں نہیں اگر ظاہر پھر کڑی موڑی نہیں اوپر نیچے ہونا پڑے گا بس 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 تہاڈی لوٹو مہنگی ہے صرف کیڑا پھڑ پھڑا رہے ہیں بے وقوفی
इंसान चौधरी साहब जब फटफड़ाते हैं तो तकलीफ ज्यादा होती है, मारते हैं आप इसको। मैं तो जी सितारे का हिसाब लो, मैंने दसो कि तुम्हारी जमीन कितनी का। आप अपना मरवाना चाहते हैं कीड़ा? मैं तो गोभी बीजी है जी। अच्छा, फूल कितना होते हैं? गोभी का फूल जी बैठे एडे होंगे। ओहो, आपकी जमीन में ज्यादा मसले है, आपका फूल ही छोटा है। नहीं नहीं, जब तुम हाथ लाना उन्हें वाला होता जाना। अच्छा अच्छा अच्छा, वो जो मतलब इंज इंज खोलता फूल, फिर फुल्ला टाइप बन जाता है। हाँ हाँ, फुल्ला। छोटी जी जमीन तो तुम्हारी बड़ी जमीन हो जानी। वो कैसे? छोटा ही बस, तनु काम करना पड़ना। क्या? चौधरी ਨਾਲ ਵਿਆਹ ਕਰਨਾ ਤੁਸੀਂ? ਘਰ ਬੈਠੀ ਪਿੰਡ ਦੀ ਮਾਲਕ, ਕਰਨਾ ਵੀ ਕੁਝ ਨਹੀਂ। ਬਸ ਚੌਧਰੀ ਨੂੰ ਸੁੱਤੇ ਆ ਉਠਾਣਾ। ਨਹੀਂ, ਮੈਂ ਘਰ ਬੈਠ ਕੇ ਬੇਕਾਰ ਹੋ ਜਾਊਗੀ, ਕਿਉਂਕਿ ਮੈਨੂੰ ਕੰਮ ਕਰਨਾ ਬਹੁਤ ਅੱਛਾ ਲੱਗਦਾ ਹੈ। ਤੇ ਚੌਧਰੀ ਨੇ ਤੁਸੀਂ ਉਠਾਣਾ ਹੈ ਕੰਮ ਹੀ ਨਾ। ਕਿਸੇ ਚੌਧਰੀ ਸੁੱਤਾ ਹੋਏਗਾ ਨਾ। ਅੱਛਾ, ਤਾਂ ਜੇ ਤੁਸੀਂ ਉੱਤੋਂ ਕੰਬਲ ਚੁੱਕਣਾ। ਅੱਛਾ, ਫੇਰ ਚੌਰੀ ਨੂੰ ਤੁਸੀਂ ਕਹਿਣਾ ਆਪਣਾ ਚੌਰੀ ਜੀ ਮੈਂ ਤੋਂ ਫੜ ਕੇ ਨਾ। ਅੱਛਾ ਚੌਧਰੀ ਜੀ, ਹੱਥ ਬੋਲਣਾ ਰੱਖਣਾ, ਫਿਰ ਉਲਟਾ ਹੱਥ ਰੱਖਦੀ ਹੂੰ ਕਿਉਂਕਿ। ਹਾਂ, ਉਹ ਤੇ ਉਲਟਾ ਹੀ ਰੱਖੀ ਦਾ। ਚੌਧਰੀ ਜੀ, ਹਾਂ ਤੇ ਚੌਧਰੀ ਜੀ, ਚੌਰੀ ਨਾ ਪਹਿਲਾਂ ਚੌਧਰੀ ਜੀ ਜੇ ਜੇ ਚੌਰੀ ਨਾ ਦੋ ਤਿੰਨ ਵਾਰੀ ਐਂ ਐਂ ਹੋਏਗਾ। ਅੱਛਾ, ਫਿਰ ਮਤਲਬ ਨੀਂਦ ਚ ਹੋਏਗਾ ਨਾ। ਅੱਛਾ, ਫਿਰ ਉਹ ਚੁੱਪਸ ਪਕੜੇਗਾ, ਫਿਰ ਹੌਲੀ ਹੌਲੀ ਚੌਰੀ ਨਾ ਇੰਜ ਤਿਆਰੀ ਫੜਦਾ ਜਾਏਗਾ। ਤੂੰ ਕਿੱਥੇ ਸੀ? ਮੈਂ ਜਾ ਰਹੀ ਹਾਂ। ਤੂੰ ਵੇਖ ਰਿਹਾ ਸੀ? ਮੈਂ ਆਪਣੇ ਘਰ ਤੇ ਸੀ। ਅੱਛਾ ਅੱਛਾ, ਮੈਂ ਤੁਹਾਨੂੰ ਪੁੱਛਿਆ ਵੀ ਨਹੀਂ। ਮੈਡਮ ਦਵਾਈ ਦਿਓ, ਚੱਲੀਏ ਅੱਗੇ। ਦਵਾਈ ਦਿਓ ਜੀ, ਤੁਹਾਨੂੰ ਪਤਾ ਕਿ ਸਫਰ ਬਹੁਤ ਹੈ। ਸਰ ਕੋ ਦੋ, ਸਰ ਕੋ ਜ਼ਰੂਰਤ ਹੈ। ਇਹ ਲੋ ਸਰ ਜੀ, ਲੋ ਸਰ ਜੀ, ਇਹ ਕੀ ਹੈ? ਇਹ ਵਾਪਸ ਕਰ ਦਿਓ, ਗੱਡੀ ਦਾ ਪੈਟਰੋਲ ਆ ਗਿਆ ਨੇ। ਬਦਤਮੀਜ਼, ਇਹ ਲੋ ਸਰ, ਇਹ ਲੈ। ਬਸ ਠੀਕ ਹੈ, ਕੱਪੜੋਂ ਕੋ ਵੀ ਲਗਾ ਲੀਜੀਏਗਾ ਥੋੜਾ ਸਾ। ਚਲੋ ਜੀ, ਠੀਕ ਹੈ, ਦੋ ਚਮਚ ਤੇ ਮੈਨੂੰ ਵੀ ਸਪਰੇਅ ਦੇ ਦਿਓ। ਕੋਈ ਕਿਸ ਚੀਜ਼ ਦਾ? ਜਿਹਦੇ ਨਾਲ ਮੈਂ 2 ਘੰਟੇ ਕੱਢ ਜਾਵਾਂ। ਦੋ ਘੰਟੇ ਨਹੀਂ, ਮੇਰੇ ਪਾਸ 3 ਘੰਟੇ ਵਾਲਾ ਸਪਰੇਅ ਵੀ ਹੈ। ਮੈਂ 2 ਘੰਟੇ ਸਾਰੀ ਗੋਭੀ ਵਾਟ ਲੈਣੀ ਹੈ, ਮੇਰਾ ਕੰਮ ਨਹੀਂ ਪੜਦਾ। ਅਬ ਆਪਕੋ ਪਰੇਸ਼ਾਨ ਹੋਣੇ ਕੀ ਜ਼ਰੂਰਤ ਨਹੀਂ ਹੈ। ਐਨੀ ਟਾਈਮ ਆਪਕੇ ਲਈ ਮੈਂ ਹਾਜ਼ਰ ਹੂੰ, ਆਪਨੇ ਮੁਝੇ ਕਾਲ ਕਰ ਲੀਏ, ਮੈਂ ਆ ਜਾਏਗਾ। ਅੱਛਾ ਜੀ, ਹਾਂ ਲਿਆਓ ਜੀ, ਲਿਆਓ, ਭਰਮਾ ਪਾਓ, ਭਰਮਾ। ਇਹ ਬਦਤਮੀਜ਼ ਬੱਚਾ ਹੈ। ਲਿਆਓ ਲਿਆਓ ਲਿਆਓ, ਇਹ ਤੁਸੀਂ ਵੀ ਲਵੋ ਦੋਸਤੋ। ਇਹ ਛੱਲੀ, ਤੇਰਾ ਵਿਆਹ ਨਹੀਂ ਹੁੰਦਾ, ਤੂੰ ਅੱਗੇ ਵੱਢ ਦੇਣਾ। ਬਦਤਮੀਜ਼ ਬੱਚਾ ਜੀ, ਇਹਨੂੰ ਸਮਝ ਨਹੀਂ ਆਈ। ਭਰਮਾ ਪਾਓ, ਭਰਮਾ। ਲੈ ਫਿਰ ਭਰਮਾ, ਆਏ ਪੁੱਤਰ ਲਿਆ। ਗੰਦਲਾ ਤੋੜ ਦੀਏ ਮੁੰਡਿਆਂ ਦੇ ਵੀ ਜਰਾ।
ਉਹਦੇ ਪਿੰਡ ਦਾ ਮਾਲਕ ਕੀ ਗੱਲ ਹੈ ਹੈ ਕੀ ਮਸਲਾ ਹੈ ਆਪਕੀ ਜ਼ਮੀਨ ਮੇ ਕੀ ਮਸਲਾ ਆ ਰਹਾ ਹੈ ਕੀ ਮਸਲਾ ਆ ਰਹਾ ਆ ਤੁਸੀਂ ਪਾਉਂਦੇ ਹੋ ਜ਼ਮੀਨਾਂ 'ਚ ਦਵਾਈਆਂ ਦਵਾਈਆਂ ਜੀ ਆਪਨੇ ਦਵਾਈ ਡਲਵਾਨੀ ਹੈ ਬਸ ਦੋ ਮਰੱਬੇ ਜ਼ਮੀਨ ਸੀ ਮੇਰੀ ਨਹਿਰੋਂ ਪਾਰ ਅੱਛਾ ਕੀ ਹੁਆ ਉਹ ਸਰਾਬ ਆਇਆ ਮੇਰੀ ਜ਼ਮੀਨ ਨੂੰ ਤੋੜ ਗਈ ਥੱਲਿਓਂ ਕਿਸੇ ਹੋਰ ਦੀ ਨਿਕਲ ਆਈ ਕਲਰ ਆ ਗਿਆ ਸਖਤ ਹੋ ਗਈ ਜ਼ਮੀਨ ਪੋਲੀ ਕਰ ਦੀ ਤੁਸੀਂ ਆਪਕੀ ਜ਼ਮੀਨ ਇਸ ਉਪਰ ਮੇ ਸਖਤ ਹੋ ਗਈ ਪਾਣੀ ਨਹੀਂ ਲੱਗਾ ਪਾਣੀ ਨਹੀਂ ਲੱਗਾ ਨਾਲੀ ਆ ਮੇਰੇ ਮੁੰਡੇ ਮੇਰੀ ਜ਼ਮੀਨ ਤੇ ਸਖਤ ਹੋਈ ਇਹਦੀ ਤੇ ਸੜ ਗਈ ਹੁਣ ਜੀ ਅੱਛਾ ਅੱਛਾ ਆਪ ਨਰਮ ਤੋਂ ਨਹੀਂ ਆ ਮੇਰੇ ਮੁੰਡੇ ਨੂੰ ਮਿਲਣੀ ਹੁਣ ਜ਼ਮੀਨ ਅੱਛਾ ਅੱਧਾ ਪਿੰਡ ਉੱਥੇ ਅਸੀਂ ਸਬਜ਼ੀਆਂ ਬੀਜਣੀਆਂ ਤੇ ਤੁਸੀਂ ਕੀ ਖਾਣਾ ਪੀਣਾ ਕੀ ਖਿਲਾ ਸਕਦੇ ਹੈ ਮੈਂ ਤਾਂ ਦਰਅਸਲ ਪੀਉਂਗੀ ਖਾਉਂਗੀ ਕੀ ਆਪ ਕੁਝ ਰੈੱਡ ਬੁਲ ਪਿਲਾ ਦੇ ਓਹੋ ਰੈੱਡ ਬੁਲ ਪੀਣਾ ਆ ਮੇਰੇ ਕੋ ਬਲੈਕ ਬੁਲ ਆ ਮੈਂ ਸੁਣਿਆ ਸ਼ਹਿਰ ਦੀਆਂ ਕੁੜੀਆਂ ਬਹਾਦਰ ਬੰਦੇ ਤੇ ਮਰਦੀਆਂ ਜੀ ਬਿਲਕੁਲ ਠੀਕ ਸੁਣਾ ਬੜਾ ਬਹਾਦਰ ਮੈਂ ਬੜਾ ਬਹਾਦਰ ਅੱਛਾ ਕੀ ਬਹਾਦਰ ਸ਼ੇਰ ਆ ਗਿਆ ਸੀ ਮੇਰੇ ਸਾਹਮਣੇ ਸ਼ੇਰ ਮੈਂ ਜੁੱਫਾ ਮਾਰ ਲਿਆ ਮੈਂ ਕੋ ਸ਼ੇਰ ਹੁੰਦਾ ਤੂੰ ਕਿੱਥੇ ਸਾਂ ਐ ਤਾਂ ਤੁਸੀਂ ਘੱਟ ਕਾਲਾ ਵੇਖਿਆ ਬਾਕੀ ਇਹਦੀ ਫੈਮਿਲੀ ਇਹ ਤੇ ਕਾਲੀ ਸਿਆ ਅੱਛਾ ਜੀ ਤੇ ਘਰ ਦੇ ਬਾਹਰ ਆਇਆ ਵਾਈਟ ਹਾਊਸ ਦਾਦੇ ਮੇਰੇ ਨੇ ਬਿਸਤੀ ਨੇ ਬੜੀਆਂ ਬਹਾਦਰੀਆਂ ਕੀਤੀਆਂ ਕਿ ਕੀ ਕੀਤਾ ਸਾਰੇ ਪਿੰਡ ਦੇ ਸਾਹਮਣੇ ਪਿੰਡ ਦਾ ਬੋਰਡ ਸੀ ਵੱਡਾ ਉਹਦੇ ਉੱਤੇ ਚੜ ਕੇ ਤੇ ਛਾਲ ਮਾਰੀ ਫਿਰ ਮਰ ਗਿਆ ਕਿ ਉਹ ਧੌਣ ਭਰਨੇ ਆ ਗਏ ਨਾ ਇਹ ਚ ਬਹਾਦਰੀ ਗੱਲ ਕਿਹੜੀ ਗੱਲ ਹੋਈ ਬਹਾਦਰੀ ਦੇ ਤੁਹਾਨੂੰ ਦੱਸ ਕਿ ਜ਼ਮੀਨ ਠੀਕ ਕਰਾਉਣੀ ਹੈ ਆਹੋ ਜ਼ਮੀਨ ਯਾਰ ਟਾਈਮ ਸ਼ਾਰਟ ਹੈ ਹਮ ਲੋਗੋ ਨੇ ਅੱਗੇ ਵੀ ਜਾਣਾ ਹੈ ਅੱਗੇ ਵੀ ਮੇਰੀ ਬੁਕਿੰਗ ਹੈ ਨਾ ਹਾਂਜੀ ਇਹ ਕੀ ਹੈ ਦਵਾਈ ਹੈ ਇਹ ਦਵਾਈ ਹੈ ਜਿਸ ਸੇ ਆਪ ਲੋਗ ਇਹ ਤਾਂ ਲੱਗਦਾ ਦਵਾਈ ਕਤਲ ਹੋ ਗਈ ਹੈ ਇਹ ਦਵਾਈ ਕੀ ਕਰਨੀ ਇੱਕ ਇਹ ਕੀੜੇ ਮਾਰਨੇ ਵਾਲੀ ਦਵਾਈ ਹੈ ਕੀੜਾ ਤਾਂ ਹਜੇ ਬਣਿਆ ਹੀ ਨਹੀਂ ਜਨਾਬ ਅਜੇ ਫੁੱਲ ਹੀ ਛੋਟਾ ਛੋਟਾ ਹੈ ਕੋਈ ਬਾਤ ਨਹੀਂ ਫੁੱਲ ਆਪਕਾ ਵੱਡਾ ਹੋ ਜਾਏਗਾ ਤੇਰੇ ਪਿੱਛੇ ਪਿੱਛੇ ਆਉਣਾ ਅਸਾਂ ਪਿਆਰ ਨਿਭਾਉਣਾ ਉਹ ਦਿਲ ਲੈਣ ਵਾਲੀਏ ਉਹ ਦਿਲ ਲੈਣ ਵਾਲੀਏ ਵਾਹ 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 ਲੇਕਿਨ ਮਜ਼ਾ ਨਹੀਂ ਆਇਆ ਕੋਈ ਗਾਣਾ ਸੁਣਾਏ ਮਜ਼ਾ ਆਏ ਤੇਰੇ ਪਿਆਰ ਹੋ ਗਿਆ ਸੋਹਣੀਏ ਤੇਰੇ ਨਾਲ ਪਿਆਰ ਹੋ ਗਿਆ ਉਹ ਕੀ ਹੋ ਗਿਆ ਮੈਨੂੰ ਜਰਕਾਨ ਐਸਾ ਤੱਕਿਆ ਮੈਂ ਤੈਨੂੰ ਉਹ ਦਿਲ ਬਦਬਦੀ ਤੇਰੇ ਤੇ ਸਹਾਰ ਹੋ ਗਿਆ ਤੇਰੇ ਨਾਲ ਤਾਗੜਦਾ ਤੇਰੇ ਅੱਗੇ ਨਿਕਲ ਲੈਂਦੇ ਆ ਤਾਗੜਦਾ ਤੇਰੇ ਨਾਲ ਪਿਆਰ ਹੋ ਗਿਆ ਕੀ ਬਾਤ ਹੈ ਓਏ ਕੀ ਬਾਤ ਹੈ ਪਿੰਡ ਉੱਤੇ ਮੱਝਾਂ ਭੱਜਦੀ ਹੈ ਮੇਰੀ ਆਵਾਜ਼ ਸੁਣ ਕੇ ਪਤਾ ਹੋ ਗਈ ਇਹ ਤੁਸੀਂ ਅੰਦਰ ਆਓ ਜੀ ਤੁਹਾਨੂੰ ਜ਼ਮੀਨ ਵਿਖਾਈਏ ਓਕੇ ਆ ਤੁਹਾਨੂੰ ਜ਼ਮੀਨ ਵਿਖਾਈਏ ਹਾਂ